ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਭ ਤੋਂ ਵੱਡੇ YouTube ਪਲੇਟਫਾਰਮ ਤੇ ਜੀ ਦਾ ਨਾਮ ਹੈ ਜੀ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਮੁਸਕਾਨ ਕਸ਼ਯਪ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੀ ਡੇਲੀ ਕਲਾਸ ਲੱਗਦੀ ਸੀ ਸਾਇੰਸ ਐਂਡ ਟੈਕਨੋਲੋਜੀ ਦੀ ਦੇਖੋ ਆਪਣੇ ਐਗਜ਼ਾਮ ਸੀ ਐਕਚੁਅਲੀ ਪੰਜਾਬ ਪੁਲਿਸ ਆਇਆ ਇਸ ਕਰਕੇ 3-4 ਦਿਨ ਆਪਾਂ ਗੈਪ ਲੈ ਲਿਆ ਬਟ ਕੋਈ ਗੱਲ ਨਹੀਂ ਸਾਇੰਸ टेक्नोलॉजी फेयर तो अपन क्लास लेके आ चुके हैं त इन इस क्लास ਵਿੱਚ ਖਾਸ ਕੀ ਹੋਣ ਜਾ ਰਿਹਾ ਹੈ बिकॉज़ ਇਹਦੇ ਵਿੱਚ साइंस एंड टेक्नोलॉजी मतलब जो लेटेस्ट न्यूज़ है मैं ओ तक कवर करूंगी करूंगी विद डिटेल्स ਨਾਲ ਹੀ नाल, ਨਾਲ मैं ਤੁਹਾਨੂੰ साइंस ਦੇ ਵੀ ਕੁਐਸ਼ਨਸ ਦੀ ਰਿਵੀਜ਼ਨ ਕਰਵਾ ਦੂੰਗੀ ਠੀਕ ਹੈ ਤਾਂ ਫਿਰ ਜਲਦੀ ਜਲਦੀ ਸੈਸ਼ਨ ਦੇ ਵਿੱਚ ਜੁੜ ਜਾਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਸੈਸ਼ਨ ਨੂੰ ਲਾਈਕ ਕਰ ਦਿਓ ਤੇ ਹਲੇ ਤੱਕ ਵੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹਾਂਜੀ ਅਮਨਜੋਤ ਕੌਰ ਮਨਪ੍ਰੀਤ ਸਿੰਘ ਸैम ਗਿੱਲ ਸੁਖਵਿੰਦਰ ਸਿੰਘ ਜੋ ਤੁਹਾਨੂੰ ਭੁੱਲਰ ਮਨਪ੍ਰੀਤ ਟਿੰਡ ਸਭ ਨੂੰ ਸਤਿ ਸ਼੍ਰੀ ਅਕਾਲ ਬੱਚੇ ਸਭ ਨੂੰ ਸਤਿ ਸ਼੍ਰੀ ਅਕਾਲ ਜਲਦੀ ਜਲਦੀ ਸੈਸ਼ਨ ਦੇ ਵਿੱਚ ਜੁੜ ਜਾਓ ਫੇਰ ਆਪਾਂ ਕਰਦੇ ਆਂ ਕਲਾਸ ਨੂੰ ਸਟਾਰਟ ਫੇਰ ਆਪਾਂ ਕਰਦੇ ਆਂ ਕਲਾਸ ਨੂੰ ਸਟਾਰਟ ਤਾਂ ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਡਾ ਫਰਜ਼ ਕੀ ਬੰਦਾ ਹੈ ਕਿ ਤੁਸੀਂ ਆਪਣੇ YouTube ਚੈਨਲ ਨੂੰ ਕੀ ਕਰ ਲੈਣਾ ਹੈ ਸਬਸਕ੍ਰਾਈਬ ਜਿਨ੍ਹਾਂ ਨੇ ਵੀ ਨਹੀਂ ਕੀਤਾ ਜਿਨ੍ਹਾਂ ਨੇ ਵੀ ਨਹੀਂ ਕੀਤਾ ਉਸ ਤੋਂ ਬਾਅਦ ਇਹ ਹੈ ਆਪਣੇ ਕੋਲ ਅੱਡਾ 247 ਦੀ ਐਪ ਇਸ ਨੂੰ ਵੀ ਜਿਨ੍ਹਾਂ ਨੇ ਡਾਊਨਲੋਡ ਨਹੀਂ ਕੀਤਾ ਉਹ ਸਾਰੇ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਨੇ ਠੀਕ ਹੈ ਕਿਉਂਕਿ ਇਹਦੇ ਵਿੱਚ ਹੀ ਸਾਰੇ ਕੋਰਸਸ ਵਗੈਰਾ ਮੌਕ ਟੈਸਟ ਕੁਇਜ਼ ਸਭ ਕੁਛ ਇਹਦੇ ਵਿੱਚ ਹੀ ਅਵੇਲੇਬਲ ਹੋ ਜਾਂਦਾ ਹੈ ਤਾਂ ਚਲੋ ਜੀ ਫਿਰ ਅੱਗੇ ਚੱਲਦੇ ਆ ਤੇ ਆ ਚੁੱਕਿਆ ਹੈ ਆ ਕੀ ਚੀਜ਼ ਹੈ ਦੇਖੋ ਤਾਂ ਬਹੁਤ ਵਧੀਆ ਗੱਲ ਲਿਖੀ ਹੈ ਸਭ ਤੋਂ ਪਹਿਲੀ ਗੱਲ ਲਿਖੀ ਹੈ ਸਟਾਰਟ ਕੀ ਲਿਖੀ ਹੈ ਸਟਾਰਟ ਪੈਨ ਚੇਂਜ ਕਰ ਲਈ ਆਪਾਂ ਠੀਕ ਹੈ ਕੀ ਲਿਖੀ ਹੈ ਸਟਾਰਟ ਸਟਾਰਟ ਕਰੋਗੇ ਤੇ ਉਸ ਤੋਂ ਬਾਅਦ ਉਹਦੇ ਬਾਰੇ ਸੋਚੋ ਕੀ ਕਰੋ ਕੋਈ ਵੀ ਚੀਜ਼ ਇਨੀਸ਼ੀਏਟਿਵ ਲੈਣਾ ਹੈ ਠੀਕ ਹੈ ਤਾਂ ਪਹਿਲਾਂ ਸਟਾਰਟ ਕਰੋ ਫਿਰ ਉਹਦੇ ਬਾਰੇ ਸੋਚੋ ਫਿਰ ਉਹਦਾ ਐਨਾਲਿਸਿਸ ਕਰੋ ਕਿ ਉਹਦਾ ਫਾਇਦਾ ਹੈ ਜਾਂ ਫਿਰ ਨਹੀਂ ਹੈ ਜਾਂ ਫਿਰ ਕਿਵੇਂ ਕਰ ਰਹੇ ਹੋ एनालिसिस करन तो बाद की करो प्लानिंग करो प्लानिंग करन तो बाद ट्राई करो ठीक है ट्राई करो काम करो तो कीप ऑन डूइंग करते रहो करते रहो ठीक है करते रहो करते रहो हार ना मनो उस तो बादनू तो की मिल जाएगी सक्सेस मिल जाएगी उस तो बाद तो नुकी मिल जाएगी सक्सेस मिल जाएगी तो दसो थे तो गल समझ आई या फिर नहीं जल्दी जल्दी दसो अगर ਗੱਲ ਸਮਝ ਆ ਗਈ ਤਾਂ ਫਿਰ ਆਪਾਂ ਅੱਜ ਦੇ ਸੈਸ਼ਨ ਨੂੰ ਸਟਾਰਟ ਕਰ ਲਵਾਂਗੇ ਫਿਰ ਆਪਾਂ ਕਰ ਲਵਾਂਗੇ ਅੱਜ ਦੇ ਸੈਸ਼ਨ ਨੂੰ ਸਟਾਰਟ ਬੱਚੇ ਹਲੇ ਤੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕੀਤਾ ਕਿਸੇ ਨੇ ਜਲਦੀ ਜਲਦੀ ਸ਼ੇਅਰਿੰਗ ਵਾਲਾ ਕੰਮ ਕਰ ਦਿਓ ਫੇਰ ਹੀ ਮਜ਼ਾ ਆਏਗਾ ਕਲਾਸ ਲਗਾੰਦਾ ਠੀਕ ਹੈ ਫੇਰ ਹੀ ਮਜ਼ਾ ਆਏਗਾ ਕਲਾਸ ਲਗਾੰਦਾ ਤਾਂ ਚਲੋ ਜੀ ਕਰਦੇ ਹਾਂ ਸਟਾਰਟ ਕਰਦੇ ਹਾਂ ਸਟਾਰਟ ਤਵੇ ਕੋ ਕੀ ਲਿਖਿਆ ਹੈ ਵੇਖੋ ਕੀ ਲਿਖਿਆ ਹੈ ਸਾਇੰਟਿਸਟਸ ਹੈਵ ਸਕਸੈਸਫੁਲੀ ਇੰਪਲਾਂਟਡ ਐਂਡ ਇੰਟੀਗ੍ਰੇਟਡ ਹਿਊਮਨ ਨਿਊਰੋਨਸ ਇੰਟੂ ਤਾਂ ਕਹਿੰਦੇ ਸਾਇੰਟਿਸਟਸ ਨੇ ਸਕਸੈਸਫੁਲੀ ਕੀ ਕਰਤਾ ਸਕਸੈਸਫੁਲੀ ਇੰਪਲਾਂਟ ਕਰ ਦਿੱਤਾ ਹੈ ਤੇ ਇੰਟੀਗ੍ਰੇਟ ਕਰ ਦਿੱਤਾ ਹੈ ਹਿਊਮਨ ਦੇ ਨਿਊਰੋਨਸ ਕਿਨੂੰ ਨਿਊਰੋਨਸ ਕੀ ਹੁੰਦੇ ਨੇ ਹਿਊਮਨ ਦੇ ਨਿਊਰੋਨਸ ਮਤਲਬ ਨਰਵ ਸੈਲਸ ਕਿਨੂੰ ਨਰਵ ਸੈਲਸ ਜੋ ਕਿ ਕਿੱਥੇ ਪਾਏ ਜਾਂਦੇ ਨੇ ਬ੍ਰੇਨ ਦੇ ਵਿੱਚ ਪਾਏ ਜਾਂਦੇ ਨੇ ਜੋ ਕਿ ਕੀ ਹੁੰਦਾ ਹੈ ਲੋਂਗੇਸਟ ਸੈੱਲ ਮੰਨਿਆ ਜਾਂਦਾ ਹੈ ਹਿਊਮਨ ਬ੍ਰੇਨ ਦਾ ਉਹ ਨੂੰ ਕਿnde ਵਿੱਚ ਇੰਪਲਾਂਟ ਕਰ ਦਿੱਤਾ ਗਿਆ ਹੈ ਤਾਂ ਜਲਦੀ ਜਲਦੀ ਦੱਸੋ ਜਲਦੀ ਜਲਦੀ ਦੱਸੋ ਕਿnde ਵਿੱਚ ਇੰਪਲਾਂਟ ਕਰ ਦਿੱਤਾ ਗਿਆ ਹੈ ਤੁੱਕੇ ਮਾਰ ਲਓ ਚਲੋ ਤਾਂ ਲਓ ਜੀ ਆਨਸਰ ਆਣਾ ਸ਼ੁਰੂ ਹੋ ਗਿਆ ਹਰਪ੍ਰੀਤ ਤੌਜਲਾ ਫਰੌਗ ਫਿਰ ਕੀ ਕਹਿੰਦੇ ਮਨਪ੍ਰੀਤ ਸਿੰਘ ਕਹਿੰਦੇ ਫਰੌਗ ਸਾਰੇ ਫਰੌਗ ਫਰੌਗ ਕਰੀ ਜਾਂਦੇ ਐ ਚਲੋ ਜੀ ਫਿਰ ਠੀਕ ਹੈ ਕਰ ਲੈਨੇ ਆਪਾਂ ਇਹਦਾ ਆਨਸਰ ਤੇ ਇਹਦਾ ਆਨਸਰ ਐਕਚੁਅਲੀ ਪਤਾ ਕੀ ਆਏਗਾ ਨਾ ਫਰੌਗ ਨਾ ਡੌਗ ਨਾ ਕੈਟ ਇਹਦਾ ਆਨਸਰ ਆਏਗਾ ਰੈਟ ਕੀ ਆਏਗਾ ਰੈਟ ਤਾਂ ਕੀ ਹੋਇਆ ਸਾਇੰਟਿਸਟ ਨੇ ヒューਮਨ ब्रेन ਦੇ ਵਿੱਚੋਂ ਨਰਵ ਸੈਲਸ ਪਾਏ ਜਾਂਦੇ ਆ ਨਾ ਨਿਊਰੋਨਸ ਪਾਏ ਜਾਂਦੇ ਆ ਉਹਨੂੰ ਇੰਪਲਾਂਟ ਕੀਤਾ ਹੈ ਰੈਟ ਦੇ ਵਿੱਚ ਕੀ ਕਹਿੰਦੇ ਆ ਰੈਟ ਦੇ ਵਿੱਚ ਹੁਣ ਰੀਜ਼ਨ ਦੇਖੋ ਕਿਉਂ ਹੁਣ ਤੁਹਾਡੇ ਮਨ ਚ ਤਾਂ ਹੀ ਆ ਰਹੇ ਹੋਗੇ ਨਾ ਕਿਉਂ ਕੀਤਾ ਕਿਉਂ ਨਹੀਂ ਕੀਤਾ ਤਾਂ ਉਹਦੇ ਬਾਰੇ ਆਪਣੇ ਕੋਲ ਸਾਰੀਆਂ ਕਹਾਣੀਆਂ ਇੱਥੇ ਲਿਖੀਆਂ ਹੋਈਆਂ ਨੇ ਤਾਂ ਦੇਖੋ ਹਿਊਮਨ ਬ੍ਰੇਨ ਸੈਲਸ ਇੰਟੀਗ੍ਰੇਟਿਡ ਇਨਟੂ ਨਿਊ ਬੌਰਨ ਠੀਕ ਹੈ ਨਿਊ ਬੌਰਨ ਰੈਟ ਕਿਦੋ ਜਿਹਾ ਰਾਟ ਦੇ ਵਿੱਚ ਦੇਖੋ ਸਾਇੰਟਿਸਟਸ ਹੈਵ ਸਕਸੈਸਫੁਲੀ ਇੰਪਲਾਂਟਡ ਐਂਡ ਇੰਟੀਗ੍ਰੇਟਡ ਹਿਊਮਨ ਨਿਊਰੋਨਸ ਇੰਟੂ ਨਿਊ ਬੌਰਨ ਰੈਟਸ ਜੋ ਹਲੇ ਹਲੇ ਬੌਰਨ ਹੋਏ ਸੀ ਰੈਟਸ ਉਹਨਾਂ ਦੇ ਵਿੱਚ ਇੰਪਲਾਂਟ ਕਰ ਦਿੱਤਾ ਗਿਆ ਹੈ ਉਹਨਾਂ ਦੇ ਵਿੱਚ ਕੀ ਕਰ ਦਿੱਤਾ ਗਿਆ ਹੈ ਇੰਪਲਾਂਟ ਕਰ ਦਿੱਤਾ ਗਿਆ ਹੈ ਤਗਲੀ ਗੱਲ ਫੋਟੋ ਫੋਟੋ ਦੇਖ ਲੋ ਚੂਹੇ ਚਾਹੀਦੇ ਕਈਆਂ ਨੂੰ ਰੈਟਸ ਵਾਲੇ ਪਸੰਦ ਹੋਣੇ ਫੋਟੋ ਵੀ ਲੈ ਆਈ ਤਾਂ ਕਰਕੇ ਦੇਖ ਲਈ ਫੋਟੋ ਜਦੋਂ ਫੋਟੋ ਦੇਖ ਲਈ ਆ ਤਾਂ ਹੁਣ ਗੱਲ ਕਰਦੇ ਹਾਂ ਕਿਉਂ ਹੁਣ ਕੁਐਸਚਨ ਆਉਂਦਾ ਕਿਉਂ ਕਿਸੇ ਨੂੰ ਪਤਾ ਹੈ ਕਿਉਂ ਕੀਤਾ ਗਿਆ ਏ एनी वन अगर किसी भी पता है तो दस दू मैनू नहीं तो फिर मैं दस दें स्टडिंग ऑफ कॉम्पलैक्स साइकैट्रिक डिसक सीजोनफ्रेनिया एंड ऑटिजम इज डिफिकल्ट सिंस एनिमल्स डू नॉट एक्सपीरियंस दैम लाइक पीपल एंड ह्यूमन बींगस कैन नॉट बी यूज फॉर द रिसर्च तो कहें कि आप स्टडी करनी साइकैट्रिक डिसडर सैकैट्रिक डिसडर का मतलब की होंगे ब्रेन रिलेटेड डिस रिलेटिड ब्रेन रिलेटिड डिसडरसा नाम की हैदा ਸਿਜ਼ੋਫ੍ਰੇਨੀਆ ਐਂਡ ਆਟイズਮ ਸਿਜ਼ੋਫ੍ਰੇਨੀਆ ਐਂਡ ਆਟイズਮ ਦੋਨੋਂ ਕੀ ਨੇ ਬ੍ਰੇਨ ਦੀਆਂ ਬਿਮਾਰੀਆਂ ਨੇ ਤੇ ਤੁਨ ਨੂੰ ਮੈਂ ਆਟイズਮ ਬਾਰੇ ਦੱਸਿਆ ਵੀ ਸੀ ਆਟイズਮ ਬਾਰੇ ਵੀ ਦੱਸਿਆ ਸੀ ਆਟイズਮ ਕੀ ਹੈ ਬਿਮਾਰੀ ਹੁੰਦੀ ਹੈ ਇੱਕ ਕੀ ਹੁੰਦੀ ਹੈ ਬਿਮਾਰੀ ਹੁੰਦੀ ਹੈ ਲਾਈਕ ਐਗਜ਼ਾਮਪਲ ਦਿਨੀ ਹੈ ਸਭ ਨੇ ਇੱਕ ਮੂਵੀ ਦੇਖੀ ਹੋਣੀ ਕਿਹੜੀ ਤਾਰੇ ਜ਼ਮੀਨ ਪਰ ਠੀਕ ਹੈ ਛੋਟੇ ਹੁੰਦੇ ਦੇਖ ਲਈ ਹੋਣੀ ਤੇ ਹੁਣ ਤੱਕ ਤੱਕ ਘਸਾਤੀ ਹੋਣੀ ਉਹ ਮੂਵੀ ਤੇ ਮੂਵੀ ਬਹੁਤ ਸੋਹਣੀ ਸੀ ਹੈਨਾ ਮੈਨੂੰ ਮੇਰੇ ਐਂਡ ਤੋਂ ਤਾਂ ਬਹੁਤ ਸੋਹਣੀ ਲੱਗੀ ਬਟ ਉਹਨਾਂ ਦੇ ਵਿੱਚ ਜੋ ਇੱਕ ਬੱਚਾ ਸੀ ਬੱਚੇ ਦਾ ਨਾਮ ਤਾਂ ਨਹੀਂ ਮੈਨੂੰ ਯਾਦ ਆ ਰਿਹਾ ਅਮੀਰ ਖਾਨ ਦੀ ਮੂਵੀ ਸੀ ਉਹਦੇ ਵਿੱਚ ਬੱਚਾ ਸੀ ਨਾ ਉਸ ਨੂੰ ਇਹ ਬਿਮਾਰੀ ਸੀ ਕੀ ਸੀ ਆਟイズਮ ਨਾਮ ਦੀ ਬਿਮਾਰੀ ਆਟイズਮ ਬਿਮਾਰੀ ਦੇ ਵਿੱਚ ਕੀ ਹੋ ਜਾਂਦਾ ਕੋਈ ਬੱਚਾ ਜਾਂ ਫਿਰ ਕੋਈ ਬੰਦਾ ਜੋ ਵੀ ਆ ਹੈ ਨਾ ਜੋ ਵੀ ਹੈ ਉਹ ਕੀ ਕਹਿੰਦਾ ਆਪਣੇ ਆਪ ਚ ਰਹਿਣਾ ਲੱਗ ਜਾਂਦਾ ਇਕੱਲੇ ਇਕੱਲੇ ਰਹਿਣ ਲੱਗ ਜਾਂਦਾ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਕਿਸੇ ਨਾਲ ਖੇਡ ਕੇ ਰਾਜ਼ੀ ਨਹੀਂ ਉਹਨੂੰ ਕੁਝ ਸਮਝ ਨਹੀਂ ਆਉਂਦਾ ਕੀ ਪੜਨਾ ਕੀ ਕਰਨਾ ਤਾਂ ਮਤਲਬ ਇਹੋ ਜੀਆਂ ਚੀਜ਼ਾਂ ਕੀ ਆਟਿਜ਼ਮ ਜਿਸ ਦੇ ਵਿੱਚ ਹੋ ਜਾਂਦਾ ਉਹਨੂੰ ਠੀਕ ਹੈ ਉਹ ਇਹੋ ਜੀ ਚੀਜ਼ਾਂ ਫੇਸ ਕਰਦੇ ਨੇ त क्लीयर आ गई गल तो ऑटिजम की चीज़ है तो उस तरह अपने आप, कोजोफ्रेनिया भी हों बेन की बीमारी ही होंगी है की हों बेन की बीमारी तो गल की है हूँ यहोज कंपलैक्स डिसडरस लाइक सीजोफ्रेनिया अपने कोटिजम वो डिफिकल्ट है ठीक है वो बारे ठीक है स्टडी करना डिफिकल्ट है तो अपना ह्यूमन ब्रेन के उपर रिसर्च आपनी है तो आप ह्यूमन बींगज़ के उपर रिसर्च नहीं कर सकते है ना ਪਰ ਕਿਉਂਕਿ ਆਪਾਂ ਕਿਸੇ ਬੰਦੇ ਦੀ ਜਾਨ ਦੇ ਉੱਪਰ ਖਤਰਾ ਲੈ ਕੇ ਠੀਕ ਹੈ ਕਿਸੇ ਬੰਦੇ ਦੀ ਜਾਨ ਦੇ ਉੱਪਰ ਠੀਕ ਹੈ ਖਤਰਾ ਪਾ ਕੇ ਆਪਾਂ ਰਿਸਰਚ ਨਹੀਂ ਕਰ ਸਕਦੇ ਤੇ ਆ ਅਲਾਉ ਵੀ ਨਹੀਂ ਹੈ ਮਤਲਬ ਇਹ ਇੰਡੀਆ ਦੇ ਵਿੱਚ ਬੈਨ ਹੈ ਕਿ ਆਪਾਂ ਹਿਊਮਨ ਬੀਇੰਗ ਦੇ ਉੱਪਰ ਰਿਸਰਚ ਮਤਲਬ ਉਹ ਕਰਨਾ ਤੇ ਇਹ ਸੇ ਕਰਕੇ ਤੁਸੀਂ ਮੈਨੂੰ ਪਤਾ ਫਰੌਗ ਤੁਸੀਂ ਕਿਉਂ ਟਿਕ ਲਾਇਆ ਸੀ ਫਰੌਗ ਇਸ ਕਰਕੇ ਲਾਇਆ ਸੀ ਕਿਉਂਕਿ ਨਾ ਐਕਸਪੈਰੀਮੈਂਟ ਨਾਰਮਲੀ ਪਹਿਲਾਂ ਫਰੌਗ ਦੇ ਉੱਪਰ ਕਰਦੇ ਸੀ ਹੈਨਾ ਬਟ ਇਹ ਐਕਸਪੈਰੀਮੈਂਟ ਆਪਾਂ ਕਿਹਦੇ ਉੱਪਰ ਕੀਤਾ ਰੈਟ ਦੇ ਉੱਪਰ ਕੀਤਾ ਕੀ ਕਹਿੰਦੇ ਆ ਰੈਟ ਦੇ ਉੱਪਰ ਤਾਂ ਗੱਲ ਇੰਨੀ ਸਮਝ ਆਈ ਜਾਂ ਫਿਰ ਨਹੀਂ ਮੇਰੀ ਕਹਾਣੀ ਸਮਝ ਆਈ ਜਾਂ ਫਿਰ ਨਹੀਂ ਤੇ ਤੇ ਦੇਖੋ ਐਨੀਮਲਸ ਦੇ ਉੱਪਰ ਆਪਾਂ ਤਾਂ ਉਹਦੇ ਉੱਪਰ ਕੀਤਾ बिकॉज ਦੇਖੋ ਐਨੀਮਲਸ ਨੇ ਰਿਐਕਟ ਨਹੀਂ ਕਰਨਾ ਹਣਾ ਐਨੀਮਲਸ ਦੇ ਰिएक्ट ਨਹੀਂ ਕਰਨਾ ਅਗਰ ਉਹ ਠੀਕ ਹੈ ਬੰਦਾ ਤਾਂ ਦੱਸ ਦੇਗਾ ਕਿਉਂ ਕਿਸੇ ਨਾਲ ਬੋਲ ਨਹੀਂ ਰਿਹਾ ਚੁੱਪਚਾਪ ਰੈਟ ਤੇ ਵੈਸੀ ਤੁਹਾਨੂੰ ਨਜ਼ਰ ਹੀ ਆ ਰਿਹਾ ਹੈ ਤਾਂ ਉਹਦੇ ਉੱਪਰ ਫਰਕ ਨਹੀਂ ਪੈਂਦਾ ਤੇ ਇਸ ਕਰਕੇ ਬ੍ਰੇਨ ਦੇ ਨਿਊਰॉन्स ਹਿਊਮਨ ਬੀਇੰਗਸ ਦੇ ਨਿਊਰॉन्स ਨੂੰ ਰੈਟ ਦੇ ਵਿੱਚ ਇੰਪਲਾਂਟ ਕੀਤਾ ਤਾਂਕਿ ਉਹਦੇ ਉੱਪਰ ਸਟੱਡੀ ਕੀਤੀ ਜਾ ਸਕੇ ਕਿਉਂਕਿ ਨਿਊਰॉन्स ਦਾ ਲਿਵਿੰਗ ਹੋਣਾ ਬਹੁਤ ਜ਼ਰੂਰੀ ਹੈ ਤਾਂ ਲਿਵਿੰਗ ਤਾਂ ਹੀ ਹੋ ਸਕਦਾ ਸੀ ਬਿਕੋਜ਼ ਜਦੋਂ ਆਪਾਂ ਕਿਸੇ ਇੱਕ ਲਿਵਿੰਗ ਆਰਗਨਿਜ਼ਮ ਦੇ ਵਿੱਚ ਉਸ ਚੀਜ਼ ਨੂੰ ਪਾ ਦਿੱਤਾ ਜਾਵੇ ਤਾਂ ਦੱਸੋ ਸਮਝ ਆਈ ਜਾਂ ਫਿਰ ਨਹੀਂ हां तो बिल्कुल लाइक स्पेस ते ਵੀ ਡੌਗ ਨੂੰ ਭੇਜਿਆ ਸੀ ਬਿਲਕੁਲ ਹਾਂ ਆਪਾਂ ਕੁਝ ਵੀ ਕਹਿ ਸਕਦੇ ਐ ਐਕਸਪੈਰੀਮੈਂਟ ਹਿਊਮਨ ਬੀਿੰਗਸ ਤੇ ਕੱਟ ਕਰੀਦਾ ਹੁੰਦਾ ਐਨੀਮਲਸ ਦੇ ਉੱਪਰ ਜ਼ਿਆਦਾ ਕਰੀਦਾ ਹੁੰਦਾ ਚਲੋ ਫਿਰ ਅਗਲੀ ਗੱਲ ਕਰਕੇ ਆਨੇ ਮੈਨੂੰ ਲੱਗਿਆ ਸੀ ਤੁਹਾਨੂੰ ਇਹ ਨਿਊਜ਼ ਬਹੁਤ ਇੰਟਰਸਟਿੰਗ ਲੱਗੇਗੀ ਪਰ ਤੁਸੀਂ ਆਪਦੀ ਗੱਲਾਂ 'ਚ ਹੀ ਮਸਤੋਂ ਤਾਂ ਦੇਖੋ ह्यूमन ब्रेन सेल्स मेड यूजिंग स्टेम सेल्स इन पर्टी डिशीज डू नॉट ग्रो टू द साइज ऑफ ह्यूमन न्यूरोनस एंड दियर आइसोलेशन फ्रॉम ह्यूमन बॉडी मेक्स इट डिफिकल्ट टू द सिमटम्स ऑफ द न्यूरो न्यूरोलॉजल डि डिसऑर्डरस हूँ तुम कहो कि है कुछ नहीं पल्ले पै रहा पंजाबी पढ़ लेने पंजाबी भी नहीं समझ आनी थो हूँ मैं समझा थोनू केंद्र ह्यूमन ब्रेन सैल्स मेड यूजिंग स्टैम सैल्स तू पता है अपनी बॉडी स्टैम सैल्स होंगे ने हर एक ऑरगन के आपदे सैल्स ने ਜਿਵੇਂ ਬ੍ਰੇਨ ਦਾ ਆਪਦਾ ਸੈੱਲ ਹੈ ਸਕਿਨ ਦਾ ਆਪਦਾ ਸੈੱਲ ਹੈ ਠੀਕ ਹੈ ਆਪਣੇ ਕੋਲ ਹਾਰਟ ਦੇ ਆਪਣੇ ਸੈੱਲ ਜੋ ਵੀ ਸੈੱਲਸ ਆ ਡਿਫਰੈਂਟ ਡਿਫਰੈਂਟ ਸੈੱਲਸ ਆ ਹੈਨਾ ਤਾਂ ਉਹਨਾਂ ਨੂੰ ਸਟੈਮ ਸੈਲਸ ਕਿਹਾ ਜਾਂਦਾ ਸਟੈਮ ਸੈਲਸ ਮਤਲਬ ਜੋ ਇੱਕ ਸਰਟਨ ਫੀਚਰਸ ਨੂੰ ਪਰਫਾਰਮ ਕਰਨ ਲਾਇਕ ਸਕਿਨ ਤਾਂ ਸਕਿਨ ਦੇ ਫੀਚਰਸ ਉਹ ਆਪੇ ਹੀ ਪਰਫਾਰਮ ਕਰੇਗਾ ਉਸੇ ਅਗਰ ਬ੍ਰੇਨ ਹੈ ਤਾਂ ਬ੍ਰੇਨ ਦੇ ਫੀਚਰਸ ਉਹ ਆਪ ਕਰੇਗਾ ਤਾਂ ਜਿਹੜੇ ਨਿਊਰॉन्स ਵੀ ਹੁੰਦੇ ਹਨ ਨਾ ਉਹ ਵੀ ਸਟੈਮ ਸੈਲਸ ਤੋਂ ਹੀ ਬਨੇ ਹੋਏ ਹੈ ਜੋ ਕਿ ਪਰਟੀਕੂਲਰ ਫੀਚਰ ਨੂੰ ਠੀਕ ਹੈ ਪਰਫਾਰਮ ਕਰਦੇ ਪਰਟੀਕੂਲਰ ਫੰਕਸ਼ਨ ਨੂੰ ਪਰਫਾਰਮ ਕਰਦੇ ਹੈ ਤੇ ਅਗਰ ਮੈਂ ਮੈਂ ਨਹੀਂ ਸਾਇੰਟਿਸਟ ਅਗਰ ਨਿਊਰॉन्स ਨੂੰ ਕੱਢ ਕੇ ਕਿਤੇ ਬਾਹਰ ਕੱਢ ਕੇ ਰੱਖ ਦਿੱਤਾ ਜਾਵੇ ਠੀਕ ਹੈ ਠੀਕ ਹੈ ਸੁਣੋ ਕੀ ਕਹਿ ਰਹੀ ਸੀ ਮੈਂ ਹਾਂ ਅਗਰ ਬ੍ਰੇਨ ਦੇ ਸੈਲਸ ਹਿਊਮਨ ਬ੍ਰੇਨ ਦੇ ਸੈਲਸ ਕੱਢੇ ਠੀਕ ਹੈ ਕੱਢੇ ਨਿਊਰॉन्स ਕੱਢੇ ਤਾਂ ਉਹਨੂੰ ਬਾਹਰ ਰੱਖਿਆ ਤਾਂ ਉਹਨੂੰ ਜਿੰਦਾ ਰੱਖਣ ਵਾਸਤੇ ਕੁਝ ਆਪਣੇ ਕੋਲ ਮਟੀਰੀਅਲ ਚਾਹੀਦਾ ਹੈ ਨਾ ਤਾਂ ਉਹਦੇ ਵਾਸਤੇ ਕੀ ਹੁੰਦੀ ਹੈ ਪਰਟੀ ਡਿਸ਼ਸ ਹੁੰਦੀਆਂ ਕੀ ਹੁੰਦੀਆਂ ਪਰਟੀ ਡਿਸ਼ਸ ਤਾਂ ਗੱਲ ਉਹਨੇ ਆ ਰਹੀ ਹੈ ਕਿ ਆਪਾਂ ਹਿਊਮਨ ਬ੍ਰੇਨ ਦੇ ਨਿਊਰॉन्स ਵੀ ਕੱਢ ਕੇ ਪਰਟੀ ਡਿਸ਼ਸ ਦੇ ਵਿੱਚ ਰੱਖਤੇ ਉਹ ਜਿਸ ਤਰ੍ਹਾਂ ਹਿਊਮਨ ਬ੍ਰੇਨ ਦੇ ਵਿੱਚ ਨਿਊਰੋਨਸ ਗਰੋ ਕਰਦੇ ਐ ਸਾਈਜ਼ ਗਰੋ ਕਰਦਾ ਉਸ ਤਰ੍ਹਾਂ ਪਰਟੀ ਡਿਸ਼ਸ ਦੇ ਵਿੱਚ ਗਰੋ ਨਹੀਂ ਕਰ ਪਾਂਦਾ ਠੀਕ ਹੈ ਬਿਕੋਜ਼ ਉਹ ਹਿਊਮਨ ਬੋਡੀ ਤੋਂ ਅਲੱਗ ਹੋ ਚੁੱਕਿਆ ਉਹਨੂੰ ਇੱਕ ਲਿਵਿੰਗ ਬੋਡੀ ਚਾਹੀਦੀ ਐ ਗਰੋ ਕਰਨ ਵਾਸਤੇ ਤਾਂ ਇਸ ਕਰਕੇ ਆਪਾਂ ਠੀਕ ਹੈ ਉਸ ਨਿਊਰੋਨ ਦੇ ਥਰੂ ਕੋਈ ਸਿੰਪਟਮਸ ਨੂੰ ਨਹੀਂ ਦੱਸ ਪਾਵਾਂਗੇ ਨਿਊ ਨਹੀਂ ਪਤਾ ਕਰ ਪਾਵਾਂਗੇ ਨਾ ਹੀ ਆਪਾਂ ਕੋਈ ਉਹਦੇ ਡਿਸਆਰਡਰਸ ਪਤਾ ਕਰ ਪਾਵਾਂਗੇ ਇਸ ਕਰਕੇ ਉਸ ਨੂੰ ਲਿਵਿੰਗ ਬੀਇੰਗਸ ਦੇ ਵਿੱਚ ਰੱਖਿਆ ਗਿਆ ਕਿੰਦੇ ਵਿੱਚ ਰੱਖਿਆ ਗਿਆ ਲਿਵਿੰਗ ਬੀਇੰਗਸ ਦੇ ਲੀਵਿੰਗ ਬੀਇੰਗਸ ਲਈ ਉਹਨਾਂ ਨੂੰ ਰੈਟ ਨਜ਼ਰ ਆਏ ਤਾਂ ਉਹਨਾਂ ਨੇ ਉਹਦੇ ਚ ਪਾਤਾ ਤਾਂ ਦੱਸੋ ਗੱਲ ਕਲੀਅਰ ਹੋਈ ਜਾਂ ਫਿਰ ਨਹੀਂ ਜਲਦੀ ਜਲਦੀ ਦੱਸੋ ਗੱਲ ਕਲੀਅਰ ਹੋਈ ਜਾਂ ਫਿਰ ਨਹੀਂ ਜਲਦੀ ਜਲਦੀ ਦੱਸ ਦਿਓ ਮੈਨੂੰ ਮੈਂ ਤਾਈਓ ਇੱਕ ਪੂਰਾ ਡਿਟੇਲ ਚ ਲੈ ਕੇ ਆਈ ਆਂ ਤਾਂ ਕਿ ਤੁਹਾਡਾ ਇੰਟਰਸਟ ਪੰਜੇ ਐਮਸ ਨੂੰ ਹਿੰਦੀ ਸਮਝ ਆਉਂਦੀ ਹੈ ਹਿੰਦੀ ਸਮਝ ਆਉਂਦੀ ਬੱਚੇ ਲਿਖਿਆ ਇੱਥੇ ਪੰਜਾਬੀ ਉੱਪਰ ਇੰਗਲਿਸ਼ ਤੇ ਮੈਂ ਬੋਲਾ ਹਿੰਦੀ ਚ ਹੈ ਨਾ ਕਿੰਨਾ ਨਜ਼ਾਰਾ ਆਵੇ ਨਾ ਥੰਬਨੇਲ ਇੰਗਲਿਸ਼ ਪੰਜਾਬੀ ਚ ਅੰਦਰੋਂ ਮੈਂ ਬੋਲ ਰਹੀ ਹਾਂ ਹਿੰਦੀ ਕਿੰਨੀ ਵਧੀਆ ਗੱਲ ਹੈ ਨਾ ਕੀ ਕਮਲੀਆਂ ਮਾਰਦੇ ਹੋ ਤੁਸੀਂ ਛੋਟੇ ਜਵਾਕ ਰਹਿ ਗਏ ਕਿ ਤੁਸੀਂ ਚਲੋ ਤਾਂ ਦੇਖੋ ਅਗਲੀ ਗੱਲ ਲਿਖਦੇ ਆਂ these limitations are addressed by implanting and integrating a group of human brain cells called ਆਰਗੇਨੋਇਡ ਇਨਟੂ ਦਾ ਬ੍ਰੇਨਸ ਆਫ ਨਿਊ ਬੌਰਨ ਰੈਟਸ ਤਾਂ ਕਹਿੰਦੇ ਕਿ ਇਹ ਚੀਜ਼ ਨੂੰ ਪਤਾ ਕਰਨ ਵਾਸਤੇ ਕੀ ਕੀਤਾ ਗਿਆ ਨਿਊਰੋਨਸ ਨੂੰ ਠੀਕ ਹੈ ਨਿਊਰੋਨਸ ਨੂੰ ਕਿਹਦੇ ਵਿੱਚ ਪਾ ਦਿੱਤਾ ਗਿਆ ਨਿਊ ਬੌਰਨ ਰੈਟਸ ਦੇ ਵਿੱਚ ओके तो ए की कर रहे रिसर्च करण वास्ते रिसर्च करण वास्ते कादे ऊपर जिन्ने भी साइकैट्रिक ठीक है psychiatric disorders ਆ ਉਹਦੇ ਬਾਰੇ ਪਤਾ ਕਰਨ ਵਾਸਤੇ ਇਹ ਕੰਮ ਆਉਣਗੇ ਤਾਂ ਨਾਉ ਕਲੀਅਰ ਇੱਥੇ ਨਿਊਜ਼ ਖਤਮ ਹੁੰਦੀ ਹੈ ਇੱਥੇ ਨਿਊਜ਼ ਖਤਮ ਹੁੰਦੀ ਹੈ ਕਲੀਅਰ ਆ ਕਲੀਅਰ ਹੈ ਜਾਂ ਫਿਰ ਨਹੀਂ ਜਲਦੀ ਜਲਦੀ ਦੱਸੋ ਪੰਜਾਬੀ ਠੀਕ ਆ ਬੱਚੇ ਮੈਨੂੰ ਤਾਂ ਪਤਾ ਹੀ ਪੰਜਾਬੀ ਠੀਕ ਹੈ ਤਾਂ ਹੀ ਉਹ ਪੰਜਾਬੀ ਬੋਲੀ ਐਨੇ ਮੈਨੂੰ ਪਤਾ ਤੁਹਾਨੂੰ ਮੇਰੇ ਨਾਲ ਨਾਰਮਲੀ ਇਦਾਂ ਹੁੰਦਾ ਠੀਕ ਹੈ ਮੇਰੇ ਨਾਲ ਨਾਰਮਲੀ ਇਦਾਂ ਹੁੰਦਾ ਇੱਕ ਪਾਸੇ ਮੇਰੇ ਸਾਹਮਣੇ ਹਿੰਦੀ ਵਾਲਾ ਬੰਦਾ ਬੈਠਾ ਹੋਵੇ ਇੱਕ ਪਾਸੇ ਮੇਰੇ ਸਾਹਮਣੇ ਪੰਜਾਬੀ ਵਾਲਾ ਬੰਦਾ ਹੋਵੇ ਨਾ ਮੇਰੇ ਤੋਂ ਪੰਜਾਬੀ ਨਿਕਲਦੀ ਨਾ ਮੇਰੇ ਤੋਂ ਹਿੰਦੀ ਨਿਕਲਦੀ ਕੁਝ ਹੋਰ ਹੀ ਬਣ ਜਾਂਦਾ ਤੇ ਇਸ ਕਰਕੇ ਇੱਕ ਲੈਂਗੁਏਜ ਤੇ ਟਿਕੇ ਰਿਹਾ ਕਰੋ ਓਕੇ ਤਾਂ ਚਲੋ ਜੀ ਦੇਖੋ ਫਿਰ ਕੀ ਕਹਿੰਦੇ ਆ ਐਕਸਰਸਾਈਜ਼ ਪਾਵਰ ਐਕਸ ਤੇ ਇਹਦਾ ਕੁਐਸਚਨ ਨਹੀਂ ਤਿਆਰ ਕੀਤਾ ਮੈਂ ਕਿ ਚਲ ਛੱਡ ਯਾਰ ਕੁਐਸਚਨ ਦਾ ਕੀ ਕਰਨਾ ਤੁਹਾਨੂੰ ਸਮਝਾਣਾ ਤਾਂ ਗੱਲ ਬਾਤ ਹੀ ਆ ਤੇ ਐਕਸਰਸਾਈਜ਼ ਪਾਵਰ ਐਕਸ 2022 ਦੇ ਵਿੱਚ ਹੋਈ ਤੇ ਸਰਟ ਇਨ ਐਂਡ ਪਾਵਰ ਸੀਐਸਆਈਆਰਟੀਜ਼ ਰੀਸੈਂਟਲੀ ਆਰਗੇਨਾਈਜ਼ ਇੱਕ ਕੀ ਚੀਜ਼ ਆ ਠੀਕ ਹੈ ਇਹ ਕੀ ਚੀਜ਼ ਆ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਤੁਹਾਨੂੰ ਪਤਾ ਹੈ ਸਾਈਬਰ ਕਰਾਈਮਸ ਬਹੁਤ ਹੁੰਦੇ ਨੇ ਹੈਨਾ ਕਦੇ ਮਾਲਵੇਅਰ ਆ ਜਾਂਦਾ ਕਦੇ ਟ੍ਰੋਜਨ ਹਾਰਸ ਆ ਜਾਂਦਾ ਕੁਝ ਨਵੇਂ ਨਵੇਂ ਆਉਂਦੇ ਰਹਿੰਦੇ ਆ ਤਾਂ ਉਹਦੇ ਵਾਸਤੇ ਕੀ ਹੁੰਦਾ ਹੈ ਉਹਦੇ ਵਾਸਤੇ ਪਾਵਰ ਐਕਸ ਨਾਮ ਦੀ ਇੱਕ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਕਰਵਾਈ ਗਈ ਕੀ ਕਰਵਾਈ ਗਈ ਸਾਈਬਰ ਐਕਸ ਤੇ ਨਾਮ ਇੰਪੋਰਟੈਂਟ ਆ ਇੰਪੋਰਟੈਂਟ ਹੈ ਇਸ ਦਾ ਐਕਸਰਸਾਈਜ਼ ਦਾ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤਾਂ ਗੱਲ ਸਮਝ ਆਈ ਜਾਂ ਫਿਰ ਨਹੀਂ ਆਈ ਇੱਕ ਵਾਰ ਦੱਸ ਦਿਓ ਜਲਦੀ ਜਲਦੀ ਅੱਗੇ ਚੱਲਦੇ ਆਂ ਫਿਰ ਫੇਰ ਆਪਾਂ ਚੱਲਦੇ ਆਂ ਅੱਗੇ ਤਾਂ ਅਗਲੀ ਗੱਲ ਦੇਖੋ ਇਹ ਤਾਂ ਵੈਸੀ ਹੈ ਇਹ ਤਾਂ ਵੈਸੀ ਹੈ ਤੁਹਾਨੂੰ ਖੁਸ਼ ਕਰਨ ਵਾਸਤੇ ਮੈਂ ਕਿਹਾ ਇੱਕ ਅੱਧੀ ਫੋਟੋ ਲਾ ਦਈਏ ਹਲੋ ਖੁਸ਼ ਹੋ ਗਏ ਤੁਸੀਂ ਫੋਟੋ ਦੇਖ ਕੇ ਹੁਣ ਦੇਖਦੇ ਆਂ ਕੀ ਆ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਕੀਨੇ ਕਰਾਈ ਕੀਨੇ ਨਹੀਂ ਕਰਾਈ ਹੁਣ ਗੱਲ ਉਹਦੇ ਉੱਪਰ ਆਂਦੀ ਹੈ ਹੈ ਨਾ ਕਿਹਨੇ ਕਰਾਈ ਤੇ ਕਿਹਨੇ ਨਹੀਂ ਕਰਾਈ ਤਾਂ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਜੋ ਕਿ ਪਾਵਰ ਐਕਸ ਕਿਹਾ ਜਾਂਦਾ ਹੈ ਉਹਨੂੰ ਡਿਜ਼ਾਈਨ ਤੇ ਆਰਗੇਨਾਈਜ਼ ਕੀਤਾ ਗਿਆ नाम याद रख लो सर्ट इन शॉर्टकट लिखा हुआ से नाम याद रख लो इंडियन कंप्यूटर एमरजेंसी रिस्पांस टीम इंडियन कंप्यूटर एमरजेंसी रिस्पांस टीम द सर्ट इन है तो इन तो मतलब होंगे इंडिया तो सर्ट तो कंप्यूटर कंप्यूटर एमरजेंसी रिस्पांस टीम आएगा एंड पावर सी एस आई आर टीज ए कौन है कंप्यूटर सिक्योरिटी इंसीडेंट रिसपोंस टीम इन पावर सैक्टर तो नाम जस्ट एक बार पढ़ लो बहुत तो इस अगे तक की ही करना ਠੀਕ ਹੈ ਤਾਂ ਕਲੀਅਰ ਹੋਈ ਗੱਲ ਜਾਂ ਫਿਰ ਨਹੀਂ ਕਲੀਅਰ ਹੋਈ ਜਾਂ ਫਿਰ ਨਹੀਂ ਦੱਸ ਦਿਓ ਇੱਕ ਵਾਰ ਠੀਕ ਹੈ ਜਲਦੀ ਜਲਦੀ ਦੱਸੋ ਜਲਦੀ ਜਲਦੀ ਦੱਸੋ ਕਲੀਅਰ ਆ ਫਿਰ ਆਪ ਅਗਲੀ ਗੱਲ ਕਰਦੇ ਹਾਂ ਦਾ ਈਵਨ ਵਿਟਨੈਸਡ ਦਾ ਪਾਰਟਿਸਪੀਕੇਸ਼ਨ ਆਫ ਮੋਰ ਦੈਨ 350 ਆਫੀਸ਼ੀਅਲਸ ਫਰਮ ਦਾ ਵੇਰੀਅਸ ਪਾਵਰ ਸੈਕਟਰ ਯੂਟਿਲਿਟੀਆਂ ਤਾਂ ਕਹਿੰਦੇ ਕਿ ਇੰਨੇ ਵਿੱਚ ਕਿੰਨੇ ਜਨਿਆਂ ਨੇ ਪਾਰਟਿਸਿਪੇਟ ਕੀਤਾ ਤਾਂ ਵੱਧ 350 ਤੋਂ ਵੀ ਵੱਧ ਜਨਿਆਂ ਨੇ ਕੀਤਾ ਤੇ ਤੇ ਇਨਵਾਈਟ ਕਿੰਨਾਂ ਨੂੰ ਕੀਤਾ ਸੀਗਾ 193 ਪਾਵਰ ਸੈਕਟਰਸ ਨੂੰ ਵੀ ਇਨਵਾਈਟ ਕੀਤਾ ਗਿਆ ਸੀ 193 ਇਹ ਯਾਦ ਰੱਖਣ ਦੀ ਲੋੜ ਨਹੀਂ ਠੀਕ ਹੈ ਯਾਦ ਰੱਖਣ ਦੀ ਲੋੜ ਨਹੀਂ ਜ਼ਿਆਦਾ ਜੋ ਚੀਜ਼ ਯਾਦ ਰੱਖਣ ਦੀ ਲੋੜ ਹੈ ਮੈਂ ਤੁਹਾਨੂੰ ਦੱਸੂਗੀ ਤਾਂ ਲਓ ਜੀ ਆ ਯਾਦ ਰੱਖਣ ਵਾਲੀ ਚੀਜ਼ਾਂ ਆ ਥੀਮ सब तो इंपॉर्टेंट की होंगी आ थीम तो थीम दिखा की है डिफेंडिंग साइबर इंड्यूस डिसरप्शन इन आई टी एंड ओ टी इंफ्रास्ट्रक्चर आई टी एंड ओ टी इंफ्रास्ट्रक्चर बच्चे हाँ जी बिल्कुल फॉरेस्ट गार्ड ट्रिपल एस बी क्लर्क एक्साइज इंस्पैक्टर वीडीओ पी पी एस सी सीनीयर असिटेंट चंडीगढ़ पुलिस च चंडीगढ़ पुलिस हाँ एस आई चंडीगढ़ एस आई हाई कोर्ट सारे वास्ते क्लास है तुम लगा बनो करन वाले बनो ਠੀਕ ਹੈ ਤੁਹਾਡੇ ਵਾਸਤੇ ਮਿਹਨਤ ਕੀਤੀ ਜਾਏਗੀ ਬਸ ਤੁਸੀਂ ਪੜਦੇ ਨਹੀਂ ਉਹ ਗੱਲ ਆਡਾ ਤਾਂ ਚਲੋ ਜੀ ਅੱਗੇ ਚੱਲਦੇ ਆਂ ਥੀਮ ਦਾ ਸਤੀ ਇੰਪੋਰਟੈਂਟ ਆ ਡਿਫੈਂਡਿੰਗ ਸਾਈਬਰ ਇੰਡਿਊਸਡ ਡਿਸਰਪਸ਼ਨ ਇਨ ਆਈਟੀ ਐਂਡ ਓਟੀ ਇਨਫਰਾਸਟ੍ਰਕਚਰ ਠੀਕ ਹੈ ਆਈਟੀ ਐਂਡ ਓਟੀ ਸਟ੍ਰਕਚਰ ਬੱਚੇ ਕਿਉਂ ਤੁਸੀਂ ਛਿੱਤਰਖਾਨ ਵਾਲੇ ਕੰਮ ਕਰਦੇ ਹੋ ਇੱਥੋਂ ਛਿੱਤਰ ਤਾਂ ਨਹੀਂ ਆ ਸਕਦੇ ਇੱਥੋਂ ਬਲੌਗ ਜ਼ਰੂਰ ਆ ਸਕਦਾ ਓਕੇ ਤਾਂ ਇੱਕ ਵਾਰ ਇੱਕ ਵਾਰ ਮੈਸੇਜ ਕਰਿਆ ਕਰੋ ਠੀਕ ਹੈ ਇੱਕ ਵਾਰ ਮੈਸੇਜ ਕਰਿਆ ਕਰੋ ਅਗਰ ਨਹੀਂ ਠੀਕ ਹੈ ਤਾਂ 50 ਵਾਰ ਕਰਨ ਦੀ ਲੋੜ ਨਹੀਂ ਆ ਤੇ ਇਸ ਤੋਂ ਪਹਿਲਾਂ ਕੀ ਫਿਰ ਮੈਂ ਬਲੌਕ ਕਰਦਾ ਫਿਰ ਇਹਦੇ ਨਾਲ ਚੰਗਾ ਹੈ ਨਾ ਤੁਸੀਂ ਆਪ ਟਿਕ ਜੋ ਫਿਰ ਕੀ ਬਦਲ ਫਿਰ ਤੁਸੀਂ ਕਦੇ ਕਮੈਂਟ ਵੀ ਨਾ ਕਰ ਪਾਓ ਤੇ ਇਹਦੇ ਨਾਲ ਚੰਗਾ ਹੈ ਕਿ ਇੱਕ ਵਾਰ ਤੁਸੀਂ ਸ਼ਾਂਤੀ ਨਾਲ ਪੜ ਲਿਆ ਕਰੋ ਇੱਕ ਆਖਰੀ ਮੌਕਾ ਦਿੱਤਾ ਉਸ ਤੋਂ ਬਾਅਦ ਨਾ ਮੈਨੂੰ ਕਹਿਣਾ ਪੈ ਜੇ ਚਲੋ ਵੇਖੋ ਅਬਾਊਟ ਸਰਟਨ ਤਾਂ ਸਰਟਨ ਬਾਰੇ ਤਾਂ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਕੀ ਹੈ ਇੰਪੋਰਟੈਂਟ ਆ ਇਸ ਕਰਕੇ ਇਹਦੇ ਬਾਰੇ ਦੱਸ ਰਹੀ ਹਾਂ ਮੈਂ ਠੀਕ ਹੈ ਇੰਪੋਰਟੈਂਟ ਆ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਵਾਸ ਸਟੈਬਲਿਸ਼ਡ ਇਨ ਕਦੋਂ ਸਟੈਬਲਿਸ਼ ਹੋਈ ਸੀ 2004 ਦੇ ਵਿੱਚ ਕਦੋਂ ਹੋਇਆ ਸੀ 2004 ਦੇ ਵਿੱਚ ਤੇ ਸੈਕਸ਼ਨ ਯਾਦ ਕਰਨ ਦੀ ਲੋੜ ਨਹੀਂ ਹੈ ठीक है या फिर अगर एक बार पढ़ना है पढ़ ही लो अंडर सेक्शन 70 बी ऑफ द इंफॉर्मेशन टेक्नोलॉजी एक्ट 2000 इट कम्स अंडर द एजिस ऑफ द यूनियन होने किदे अंडर आंदा ते मीटी दे अंदर आंदा किदे अंदर आंदा मीटी ठीक है यूनियन मिनिस्टर ऑफ क्यादा ठीक है इंफॉर्मेशन इलेक्ट्रॉनिक्स एंड आईटी इलेक्ट्रॉनिक्स एंड इंफॉर्मेशन टेक्नोलॉजी क्लियर आ ਤਾਂ ਇਹ ਕੀ ਦੇ ਰਿਲੇਟਡ ਗੱਲ ਕਰਦੀ ਹੈ ਹੈਕਿੰਗ ਤੇ ਫਿਸ਼ਿੰਗ ਦੇ ਰਿਲੇਟਡ ਗੱਲ ਕਰਦੀ ਹੈ ਮਤਲਬ ਇਨ ਡਾਇਰੈਕਟਲੀ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਨੂੰ ਡੀਲ ਕਰਨ ਦਾ ਇਹਦਾ ਕੰਮ ਹੈ ਸਾਈਬਰ ਕ੍ਰਾਈਮ ਨੂੰ ਡੀਲ ਕਰਨ ਦਾ ਇਹਦਾ ਕੰਮ ਹੈ ਓਕੇ ਚਲੋ ਜੀ ਕਰੀਏ ਫਿਰ ਸਟਾਰਟ ਅਗਲਾ ਕੁਐਸਚਨ ਕਰ ਲਈਏ ਤੇ ਬੱਚੇ ਮੇਰੀ ਗੱਲ ਸੁਣੋ ਅੱਧੇ ਤੋਂ ਵੱਧ ਬੱਚਿਆਂ ਨੇ ਹਲੇ ਤੱਕ ਵੀਡੀਓ ਨੂੰ ਲਾਈਕ ਹੀ ਨਹੀਂ ਕੀਤਾ ਹਲੇ ਮੇਰੇ ਸਾਇੰਸ ਦੇ ਕੁਐਸਚਨਸ ਆ ਰਹੇ ਨੇ ਉਸ ਤੋਂ ਪਹਿਲਾ ਕੁਸ਼ਣ ਆਉਣ ਤੋਂ ਪਹਿਲਾਂ ਜਿੰਨੇ ਬੱਚੇ ਦੇਖ ਰਹੇ ਉਹਨੇ ਲਾਈਕ ਹੋ ਜਾਣੇ ਚਾਹੀਦੇ ਵੀਡੀਓ ਦੇ ਉੱਪਰ ਠੀਕ ਹੈ ਉਹਨੇ ਲਾਈਕ ਹੋ ਜਾਣੇ ਚਾਹੀਦੇ ਫੇਰ ਹੀ ਮਜ਼ਾ ਆਏਗਾ ਕਲਾਸ ਲਗਾਉਣ ਦਾ ਨਹੀਂ ਤਾਂ ਐਵੇਂ ਨਹੀਂ ਹੁੰਦਾ ਪਹਿਲਾਂ ਲਾਈਕ ਪੂਰੇ ਕਰੋ ਫੇਰ ਮੈਂ ਅਗਲਾ ਕੁਸ਼ਣ ਦਿਖਾਉਂਗੀ ਤੁਹਾਨੂੰ ਤਾਂ ਮੈਂ ਤੁਹਾਡੇ ਵਾਸਤੇ ਟੈਕਨੋਲੋਜੀ ਦਾ ਲੈ ਕੇ ਆ ਰਹੀ ਹਾਂ ਰਿਲੇਟਿਡ ਨਿਊ ਨਿਊਜ਼ ਤਾਂ ਲੈ ਕੇ ਆ ਰਹੀ ਹਾਂ ਨਾਲ ਸਾਇੰਸ ਦੇ ਕੁਸ਼ਨਸ ਵੀ ਲੈ ਕੇ ਆ ਰਹੀ ਹਾਂ ਕਰੋ ਜਲਦੀ ਪੂਰੇ ਲਾਈਕ ਫੇਰ ਆਪਾਂ ਕਰਾਂਗੇ ਅੱਗੇ ਕਰਾਂਗੇ ਨੇ ਤਾਂ ਖਾੜ ਲੈਣੀ ਮੈਂ ਵੀ ਖੜੀ ਰਹਿਣੀ ਹੈ ਠੀਕ ਹੈ ਤੁਸੀਂ ਲੇਟ ਕਰੋਗੇ ਮੈਨੂੰ ਭੁੱਖ ਲੱਗੀ ਹੈ ਠੀਕ ਹੈ ਤੇ ਤੁਸੀਂ ਲੇਟ ਕਰੋਗੇ ਤਾਂ ਫਿਰ ਮੈਂ ਰੋਟੀ ਵੀ ਲੇਟ ਖਾऊंगी ਫਿਰ ਮੇਰੀ એનર્ਜੀ ਹੋਰ ਘਟ ਜੇਗੀ ਤੁਹਾਨੂੰ ਬਾਕੀ ਤੁਹਾਡੀ ਮਰਜ਼ੀ ਆ ਠੀਕ ਆ ਤੇ ਜਲਦੀ ਜਲਦੀ ਲਾਈਕ ਪੂਰੇ ਕਰੋ ਫਿਰ ਆਪਾਂ ਕਲਾਸ ਨੂੰ ਕੰਟੀਨਿਊ ਕਰੀਏ ਤੋਸਾ ਤਾਂ ਕਿ ਮੈਂ ਰੋਟੀ ਖਾ ਸਕਾਂ ਭੁੱਖ ਵਾਲੀ ਲੱਗੀ ਹੋਈ ਹੈ ਮੈਨੂੰ ਤਾਂ ਕੁਐਸਚਨ ਵੇਖੋ ਕੀ ਹੈ ਕੁਐਸਚਨ ਕੀ ਹੈ ਆ ਕੀ ਹੋ ਗਿਆ ਚਲ ਕੋਈ ਨਾ ਜੋ ਵੀ ਹੋ ਗਿਆ ਡਲਟਨਿਜ਼ਮ ਇਜ਼ ਅ ਨੇਮ ਰੈਫਰਡ ਟੂ ਵਿਚ ਆਫ ਦਾ ਫਾਲੋਇੰਗ ਡਿਸਆਰਡਰਸ this name was kept in honor of John Dalton the father of atomic theory ਤੇ ਕਹਿੰਦੇ ਡਲਟਨਿਜ਼ਮ ਕਿ ਨੂੰ ਨੇਮ ਦਿੱਤਾ ਗਿਆ ਹੈ ਕੀ ਹੈ ਜohn Dalton ਦੇ ਨੇਮ ਤੋਂ ਪਿਆ ਤੇ ਉਸ ਤੋਂ ਬਾਅਦ ਇਹ ਕੀ ਦੇ ਨਾਲ ਡੀਲ ਕਰਦੇ ਕਿਹੜੀ ਬਿਮਾਰੀ ਨਾਲ ਬਈ 100 ਵਾਰ ਲਾਈਕ ਕਰਨ ਦੀ ਲੋੜ ਨਹੀਂ ਤੁਸੀਂ ਇੱਕ ਵਾਰੀ ਲਾਈਕ ਕਰ ਦਿਓ ਪਰ ਚੱਜ ਨਾਲ ਕਰ ਦਿਓ ਠੀਕ ਹੈ 100 ਵਾਰੀ ਕਰਨ ਦੀ ਲੋੜ ਨਹੀਂ ਹੈਗੀ ਮਸੇਦਾ ਆਨਸਰ ਦੱਸੋ ਤੁਸੀਂ ਇਹਦਾ ਆਨਸਰ ਦੱਸ ਦੋ ਤੁਸੀਂ ਆਨਸਰ ਕਰੋ ਜਲਦੀ ਬੱਚੇ ਮੈਂ ਤੁਹਾਡੇ ਆ ਵੇਟ ਤੇ ਆਨਸਰ ਠੀਕ ਹੈ ਕੱਢਣ ਨੂੰ ਕਹਿ ਰਹੀ ਹਾਂ ਜਲਦੀ ਜਲਦੀ ਕੱਢ ਦਿਓ ਜਲਦੀ ਜਲਦੀ ਕੱਢ ਦਿਓ ਦਾ ਅਨਸਰ ਕੀ ਆ ਰਿਹਾ ਹੈ ਬੀ ਬੀ ਤੇ ਬੀ ਤੇ ਬਿਲਕੁਲ ਸਹੀ ਹੈ ਬੱਚੇ ਦਾ ਅਨਸਰ ਕੀ ਆਏਗਾ ਕਲਰ ਬਲਾਈਂਡਨੈਸ ਤੇ ਡਲਟਨਿਜ਼ਮ ਡਲਟਨਿਜ਼ਮ ਕੀ ਹੈ ਕਲਰ ਬਲਾਈਂਡਨੈਸ ਨੂੰ ਡੀਲ ਕਰਦਾ ਹੈ ਕਲਰ ਬਲਾਈਂਡਨੈਸ ਕਿਉਂ ਹੁੰਦੀ ਹੈ ਐਕਚੁਅਲੀ ਆਪਣੇ ਆਈ ਦੇ ਵਿੱਚ ਕੀ ਪਾਇਆ ਜਾਂਦਾ ਹੈ ਰਟੀਨਾ ਪਾਇਆ ਜਾਂਦਾ ਹੈ ਕੀ ਪਾਇਆ ਜਾਂਦਾ ਹੈ ਰਟੀਨਾ ਤੇ ਰਟੀਨਾ ਦੇ ਵਿੱਚ ਦੋ ਤਰ੍ਹਾਂ ਦੇ ਸੈਲਸ ਹੁੰਦੇ ਨੇ ਕਿਹੜੇ ਰੋਡ ਸੈਲਸ ਤੇ ਕੋਨ ਸੈਲਸ ਵੀ ਹੁੰਦੇ ਨੇ ਕੀ ਹੁੰਦੇ ਨੇ ਕੌਨ ਸੈਲਸ ਵੀ ਹੁੰਦੇ ਨੇ ਤੇ ਰੋਡ ਸੈਲਸ ਇੰਟੈਂਸਿਟੀ ਨੂੰ ਡੀਲ ਕਰਦਾ ਹੈ ਇੰਟੈਂਸਿਟੀ ਨੂੰ ਡੀਲ ਕਰਦਾ ਹੈ ਤੇ ਕੌਨ ਸੈਲਸ ਆਪਣੇ ਕੋਲ ਕਲਰ ਨੂੰ ਕਰਦਾ ਹੈ ਤਾਂ ਜਿਹਦੇ ਕੌਨ ਸੈਲਸ ਦੇ ਵਿੱਚ ਮੰਨ ਲਓ ਕੁਝ ਵੀ ਠੀਕੇ ਘਟਵਾਦ ਹੋ ਗਏ ਜੋ ਵੀ ਹੋ ਗਿਆ ਤਾਂ ਉਹਨੂੰ ਕਲਰ ਬਲਾਈਂਡਨੈਸ ਹੋ ਸਕਦੀ ਹੈ ਕਲੀਅਰ ਹੈ ਤਾਂ ਇਹਦੇ ਅੱਗੇ ਚੱਲਦੇ ਫਿਰ ਫੇਰ ਆਪਾਂ ਚੱਲਦੇ ਹਾਂ ਅੱਗੇ ਤੇ ਜਿਹਨੂੰ ਕਲਰ ਬਲਾਈਨੈਸ ਹੋਈ ਪਈ ਹੈ ਤੇ ਦੇਖੋ ਆ ਆਪਣੇ ਕੋਲ ਆ ਆਪਣੇ ਕੋਲ 컬러ਫੁਲ ਜਿਹੜੇ ਵੈਜੀਟੇਬਲਸ ਨਜ਼ਰ ਆ ਰਹੀਆਂ ਤੇ ਉਹਨੂੰ ਕੁਛ ਇਦਾਂ ਦਾ ਕੁਛ ਬਲੈਕ ਐਂਡ ਵਾਈਟ ਟਾਈਪ ਨਜ਼ਰ ਆਏਗਾ ਠੀਕ ਹੈ ਬਲੈਕ ਐਂਡ ਵਾਈਟ ਟਾਈਪ ਨਜ਼ਰ ਆਏਗਾ ਗੱਲ ਕਲੀਅਰ ਹੋ ਗਈ ਬਿਲਕੁਲ ਤੱਕ ਹੋਰ ਵੀ ਕਹਾਣੀ ਵਧੀਆ ਦੱਸੀ ਠੀਕ ਹੈ ਨਾਈਟ ਬਲਾਈਂਡਨੈਸ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਬੱਚੇ ਬਿਲਕੁਲ ਸਹੀ ਅੱਗੇ ਚੱਲਦੇ ਆ ਫਿਰ ਆਪਾਂ ਫਿਰ ਆਪਾਂ ਚੱਲਦੇ ਆ ਅੱਗੇ ਹੁਣ ਤੁਹਾਨੂੰ ਕਲਰਫੁਲ ਪੈਨਸਿਲਸ ਨਜ਼ਰ ਆ ਰਹੀਆਂ ਸੀ ਤਾਂ ਜੀਨੂੰ ਕਲਰ ਬਲਾਈਂਡਨੈਸ ਹੈ ਉਹਨੂੰ ਇਦਾਂ ਦਾ ਕੁਝ ਉਹਨੂੰ ਕਲਰ ਉਹ ਕਲਰ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਏਗਾ ਦੇਖੋ ਕੁਝ ਵੀ ਪਤਾ ਲੱਗ ਰਿਹਾ ਕਿ ਇਹ ਗ੍ਰੀਨ ਹੈ ਹਰਾ ਹੈ ਕੁਝ ਵੀ ਆ ਉਹ ਕਲਰ ਨੂੰ ਡਿਫਰੈਂਸ਼ੀਏਟ ਕਰ ਨਹੀਂ ਪਾਏਗਾ ਤੇ ਅਗਰ ਤੁਸੀਂ ਕਲਰਫੁੱਲ ਪੈਨਸਿਲ ਲੈਨ ਨੂੰ ਭੇਜ ਦਿੱਤਾ ਠੀਕ ਹੈ ਜੇ ਜਵਾਕਾਂ ਨੂੰ ਤੁਸੀਂ ਕਲਰਫੁੱਲ ਪੈਨਸਿਲ ਲੈਨ ਨੂੰ ਭੇਜ ਦਿੱਤਾ ਉਹਨੂੰ ਪਤਾ ਹੀ ਨਹੀਂ ਲੱਗਣਾ ਤੁਸੀਂ ਲਾਲ ਮੰਗਾਈ ਸੀ ਹਰੀ ਮੰਗਾਈ ਸੀ ਨੀਲੀ ਮੰਗਾਈ ਸੀ ਠੀਕ ਆ ਤਾਂ ਫਿਰ ਇਹ ਹੁੰਦੀ ਆਪਣੀ ਕਲਰ ਬਲਾਈਂਡਨੈਸ ਤਾਂ ਚਲੋ ਜੀ ਅਗਲਾ ਕੁਐਸਚਨ ਕਰਦੇ ਆ ਅਗਲਾ ਕੁਐਸਚਨ ਧਿਆਨ ਨਾਲ ਪੜ੍ਹ ਲਓ ਕੀ ਲਿਖਿਆ ਹੈ ਪੋਲੀਓ ਮਿਲਿਟਿਸ ਕੀ ਹੈ ਪੋਲੀਓ ਮਿਲਿਟਿਸ ਨੋਨ ਐਸ ਪੋਲੀਓ ਇਜ਼ ਕੌਜ਼ਡ ਬਾਈ ਐਨ ਐਂਟਰੋ ਵਾਇਰਸ ਵਿਚ ਕਾਜ਼ਡ ਪੈਰਾਲਾਈਸਿਸ ਆਫ ਮਸਲਸ ਤਾਂ ਕੀ ਕਰ ਦਿੰਦਾ ਮਸਲਸ ਦੀ ਪੈਰਾਲਾਈਸਿਸ ਕਰ ਦਿੰਦਾ ਤੇ ਜਿਹੜਾ ਵਾਇਰਸ ਹੈ ਉਹਦੀ ਅਫਿਨਿਟੀ ਕਿਦੇ ਤੱਕ ਹੈ ਮਤਲਬ ਕੀ ਹੈ ਅਫਿਨਿਟੀ ਮਤਲਬ ਕਿਦੇ ਵੱਲ ਅਟਰੈਕਸ਼ਨ ਹੈ ਕਿਨੂੰ ਅਫੈਕਟ ਕਰਦਾ ਹੈ ਤਾਂ ਜਲਦੀ ਜਲਦੀ ਦੱਸ ਦਿਓ ਹੂੰ 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 जल्दी जल्दी दसो जल्दी जल्दी दसो की आंसर आएगा की आंसर आएगा तो जल्दी जल्दी दसो ਤਾਂ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਤੁਸੀਂ ਕੀ ਕਰਨਾ ਹੈ ਤਾਂ ਜਿਹੜਾ ਸੁਖਵਿੰਦਰ ਜੀ ਕਹਿ ਰਹੇ ਇਹ ਆਪਸ਼ਨ ਮੈਂ ਉੱਥੇ ਲਿਖਤਾ ਮਸਲਸ ਦੀ ਪੈਰਾਲਾਈਸਿਸ ਹੋਗੀ ਤਾਂ ਮਸਲ ਸੈਲਸ ਨੂੰ ਅਫੈਕਟ ਕਰਦੇ ਨੇ ਕਿੰਨੇ ਸਿਆਣੇ ਆ ਹੈਨਾ ਫੇਰ ਉਸ ਤੋਂ ਬਾਅਦ ਕੋਈ ਹੋਰ ਇਹ ਆਲਾ ਆਓ 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 ਜਲਦੀ ਆਓ ਬੱਚੇ ਜ਼ਰੂਰੀ ਨਹੀਂ ਹੈ ਉੱਥੇ ਮਸਲ ਸੈਲਸ ਨੂੰ ਅਫੈਕਟ ਕੀਤਾ મતલਬ ਮਸਲਸ ਦੀ ਪੈਰਾਲਾਈਸਿਸ ਹੋ ਰਹੀ ਹੈ ਤਾਂ ਮਸਲਸ ਨੂੰ ਅਫੈਕਟ ਕਰੇਗਾ ਇਹ ਜ਼ਰੂਰੀ ਨਹੀਂ ਹੈ ਤਾਂ ਇਹ ਕੀ ਹੁੰਦਾ ਬੱਚੇ ਸਪਾਈਨਲ ਕਾਰਡ ਨੂੰ ਅਫੈਕਟ ਕਰਦਾ ਕਿਹਨੂੰ ਅਫੈਕਟ ਕਰਦਾ ਸਪਾਈਨਲ ਕਾਰਡ ਨੂੰ ਤੁਹਾਨੂੰ ਪਤਾ ਹੈ ਸਪਾਈਨਲ ਕਾਰਡ ਜੋ ਬ੍ਰੇਨ ਦੇ ਠੀਕ ਹੈ ਬ੍ਰੇਨ ਦੇ ਸਭ ਤੋਂ ਪਿਛਲੇ ਮਤਲਬ ਹਿੰਡ ਬ੍ਰੇਨ ਦੇ ਨਾਲ ਕਨੈਕਟਡ ਹੁੰਦੀ ਹੈ ਕਿਹਦੇ ਨਾਲ ਹਿੰਡ ਬ੍ਰੇਨ ਦੇ ਨਾਲ ਕਨੈਕਟਡ ਹੁੰਦੀ ਹੈ ਤੇ ਉਹਦੇ ਉੱਪਰ ਅਫੈਕਟ ਪਾਉਂਦਾ ਤੇ ਇਹ ਯਾਦ ਰੱਖਣਾ ਹੈ ਇਹ ਯਾਦ ਰੱਖਣਾ ਹੈ ਤੁਸੀਂ ਪੋਲੀਓ ਕੀ ਹੈ ਪੋਲੀਓ ਵਾਇਰਸ ਅੱਗੇ ਚੱਲਦੇ ਜੀ ਅੱਗੇ ਤਾਂ ਦੇਖੋ ਕੁਝ ਵੈਸੀ ਫੋਟੋ ਦਿਖਾਤੀ ਤੁਹਾਨੂੰ ਪੋਲੀਓ ਦੇ ਨਾਲ ਕੁਛ ਨਾ ਕੁਛ ਕੀ ਹੋ ਜਾਂਦਾ ਕੀ ਨਹੀਂ ਹੁੰਦਾ ਤਾਂ ਉਹਦੇ ਬਾਰੇ ਦੱਸਦਾ ਤੁਹਾਨੂੰ ਮੈਂ ਤਾਂ ਚਲੋ ਜੀ ਅੱਗੇ ਚੱਲਦੇ ਆ ਵੈੱਟ ਛਾ ਮੰਗਦਾ ਫੋਲੋਇੰਗ ਪਲੇਸ ਐਂਡ ਰੋਲ ਇਨ ਪ੍ਰੋਡਕਸ਼ਨ ਆਫ ਐਲਕੋਹਲ ਇਨ ਬੀਅਰ ਤਾਂ ਦੇਖੋ ਬੀਅਰ ਅਲਕੋਹਲ ਪ੍ਰੋਡਕਸ਼ਨ ਦੇ ਵਿੱਚ ਕੀ ਦਾ ਰੋਲ ਸਭ ਤੋਂ ਜ਼ਿਆਦਾ ਹੁੰਦਾ ਹੈ ਤਾਂ ਜਲਦੀ ਜਲਦੀ ਦੱਸੋ ਇਹ ਮੁੰਡਿਆਂ ਨੂੰ ਪਤਾ ਹੋਣਾ ਠੀਕ ਹੈ ਮੈਂ ਐਕਸਪੈਕਟ ਕਰਦੀ ਹਾਂ ਤੁਹਾਨੂੰ ਤਾਂ ਪਤਾ ਹੋਵੇ ਕੁੜੀਆਂ ਨੂੰ ਭਾਵੇਂ ਨਾ ਪਤਾ ਹੋਵੇ ਠੀਕ ਹੈ ਅੱdte ਤਾਂ ਇਹਦਾ ਨਾਮ ਸੁਣ ਕੇ ਖੁਸ਼ ਹੋ ਗਏ ਹੋਣੇ ਇਸ ਤਰ੍ਹਾਂ ਦੀ ਫੋਟੋ ਨਾ ਦਿਖਾਓ ਬੱਚੇ ਫੋਟੋ ਦਿਖਾਵਾਂ ਤਾਂ ਵੀ ਦਿੱਕਤ ਨਾ ਦਿਖਾਵਾਂ ਤਾਂ ਵੀ ਮੈਂ ਵੈਸੀ ਦਿਖਾ ਦੇਣੀ ਹੈ ਕਿ ਮਤਲਬ ਹਾਂ ਕਿ ਕੁਐਸਚਨ ਦੇ ਨਾਲ ਰਿਲੇਟਡ ਤੁਹਾਡੇ ਦਿਮਾਗ 'ਚ ਬੈਜ ਜਵੇ ਠੀਕ ਹੈ ਤਾਂ ਲਓ ਜੀ ਆਨਸਰ ਆਨੇ ਸ਼ੁਰੂ ਹੋ ਗਏ ਦਲਬੀਰ ਸਿੰਘ ਦਾ ਆ ਗਿਆ ਰਮਨ ਦਾ ਆ ਗਿਆ ਲਵਪ੍ਰੀਤ ਦਾ ਆ ਗਿਆ ਹਰਪ੍ਰੀਤ ਦਾ ਆ ਗਿਆ ਠੀਕ ਹੈ ਤਾਂ ਬਿਲਕੁਲ ਬੱਚੇ ਇਹਦੇ ਵਿੱਚ ਕੀ ਯੂਜ਼ ਹੋਏਗਾ ਕੀ ਯੂਜ਼ ਹੁੰਦਾ ইস্ট ਯੂਜ਼ ਹੁੰਦਾ ਹੈ ਕੀ ਯੂਜ਼ਡ ਹੁੰਦਾ ਹੈ ইস্ট ਕਲੀਅਰ ਆ ਕੀ ਆਏਗਾ ইস্ট ਚਲੋ ਜੀ ਵੇਖਦੇ ਆ ਇਹਨੂੰ ਕਹਿੰਦੇ ਆ ইস্ট ਠੀਕ ਹੈ ਜਦੋਂ ਵੀ ਐਲਕੋਹਲ ਦੀ ਜਿਹਦੀ ਵੀ ਪ੍ਰੋਡਕਸ਼ਨ ਹੁੰਦੀ ਆ ਹੈ ਠੀਕ ਹੈ ਐਲਕੋਹਲ ਦੀ ਪ੍ਰੋਡਕਸ਼ਨ ਹੁੰਦੀ ਹੈ ਬੀਅਰ ਦੇ ਵਿੱਚ ਕਿਸੇ ਦੇ ਵਿੱਚ ਵੀ ਤੇ ইস্ট ਦਾ ਯੂਜ਼ ਕੀਤਾ ਜਾਂਦਾ ਹੈ ਕੁਝ ਇਸ ਤਰ੍ਹਾਂ ਦੇ ਓਕੇ ਬਿਲਕੁਲ 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 ਨੋ ਆਈਡੀਆ ਮੈਂ ਪਿੰਦਾ ਨਹੀਂ ਵਾਹ ਤੇ ਦੱਸਣ ਦਾ ਵਧੀਆ ਤਰੀਕਾ ਸੀ ਤਾਂ ਕੁਛ ਇਦਾਂ ਦੇਖ ਲਓ ਕੁਝ ਜਦੋਂ ਬੰਦੀ ਬੁੰਦੀ ਹੈ ਨਾ ਤੇ ਥੱਲੇ ਆ ਚੀਜ਼ ਹੋ ਰਹੀ ਹੁੰਦੀ ਹੈ ਤਾਂ ਚਲੋ ਜੀ ਅੱਗੇ ਚੱਲੀਏ ਐਫਰਟਸ ਆਫ ਵਿਚ ਐਫਰਟਸ ਆਫ ਵਿਚ ਆਫ ਦਾ ਫੋਲੋਇੰਗ ਸਾਇੰਟਿਸਟ ਲெட் ਦਾ ਗਵਰਨਮੈਂਟ ਆਫ ਇੰਡੀਆ ਟੂ ਸੈਟ ਅਪ ਸੈਂਟਰ ਫॉर ਡੀ ਐਨ ਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੋਸਟਿਕ ਤਾਂ ਕੀਦੇ ਐਫਰਟਸ ਕਰਕੇ ਕਹਿੰਦੇ ਕੀਦੇ ਐਫਰਟਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਡੀਐਨਏ ਫਿੰਗਰਪ੍ਰਿੰਟਿੰਗ ਤੇ ਡਾਇਗਨੋਸਟਿਕ ਟੈਕ ਡਾਇਗਨੋਸਟਿਕ ਦਾ ਕੀ ਕਰ ਦਿੱਤਾ ਸੈਂਟਰ ਕਰ ਦਿੱਤਾ ਹੈ ਚਲੋ ਜੀ ਦੱਸੋ ਕਲੀਅਰ ਹੈ ਜਾਂ ਫਿਰ ਨਹੀਂ ਕਲੀਅਰ ਹੈ ਜਾਂ ਫਿਰ ਨਹੀਂ ਨਹੀਂ ਕਲੀਅਰ ਬਾਤ ਪੁੱਛਾਂਗੇ ਪਹਿਲਾਂ ਆਨਸਰ ਦੱਸੋ ਇਹਦਾ ਪਹਿਲਾਂ ਤੁਸੀਂ ਦੱਸ ਦੋ ਮੈਨੂੰ ਆਨਸਰ ਜਲਦੀ ਜਲਦੀ ਦੱਸੋ ਤਾਂ ਲਓ ਜੀ ਆਨਸਰ ਆਣਾ ਸ਼ੁਰੂ ਹੋ ਗਿਆ ਮੈਨੂੰ ਪਤਾ ਤੁੱਕੇ ਮਾਰਨੇ ਮਾਰ ਲੋ ਰੱਜ ਕੇ ਤੁੱਕੇ ਇੱਥੇ ਤਾਂ ਵੱਜ ਵੀ ਜਾਣਗੇ ਤੁੱਕੇ ਜਿਹੜੀ ਚੀਜ਼ 'ਚ ਨਹੀਂ ਵੱਜਨੇ ਉਹ ਮਾਰਨੇ ਹੁੰਦੇ ਤੁੱਕੇ ਤੁਸੀਂ ਉਹਦੇ 'ਚ ਵੀ ਮਾਰ ਲੈਣੇ ਆ ਤੁੱਕੇ ਕੀ ਕਰੀਏ ਲਓ ਜੀ ਆਨਸਰ A B C D ਆਨ ਲੱਗੇ ਮੈਨੂੰ ਪਤਾ ਸੀ ਰਹਿਨ ਦਿਓ ਲਾਲਜੀ ਸਿੰਘ ਆਏਗਾ ਇਹ ਦਾ ਆਨਸਰ ਰਹਿਨ ਦਿਓ ਤੁਸੀਂ ਰਹਿਨ ਦਿਓ ਆਨਸਰ ਤੁਨ ਦੱਸਤਾ ਲਾਲਜੀ ਸਿੰਘ ਆਏਗਾ ਕੀ ਆਏਗਾ ਲਾਲਜੀ ਸਿੰਘ ਅੱਗੇ ਚੱਲਦੇ ਆ ਆ ਹੈ ਬੱਚੇ ਆਪਣੇ ਲਾਲਜੀ ਸਿੰਘ ਹੁਣ ਇਹ ਨਾ ਕਿਹਾ ਕਿ ਇਹਦੀ ਫੋਟੋ ਵੀ ਨਾ ਦਿਖਾਓ ਇਹ ਸੋਨਾ ਨਹੀਂ ਹੈਗਾ ਕੋਈ ਗੱਲ ਨਹੀਂ ਜੋ ਵੀ ਇਹਨੇ ਡੀ ਐਨ ਏ ਫਿੰਗਰ ਅੱਛਾ ਪਹਿਲਾਂ ਡੀ ਐਨ ਏ ਫਿੰਗਰਪ੍ਰਿੰਟਿੰਗ ਤਾਂ ਦੱਸ ਦਈਏ ਤੁਹਾਨੂੰ ਮੇਨ ਗੱਲ ਤਾਂ ਰਹਿ ਗਈ ਨਾ ਕਿਸੇ ਨੇ ਪੁੱਛਿਆ ਜਾਵੇ ਤੁਹਾਨੂੰ ਬਾਲਾ ਹੀ ਪਤਾ ਹੈ ਡੀ ਐਨ ਏ ਫਿੰਗਰਪ੍ਰਿੰਟਿੰਗ ਤਾਂ ਵੇਖੋ ਆਪਣੇ ਕੋਲ ਜਿਹੜੇ ਸੈੱਲ ਹੁੰਦਾ ਨਾ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ ਹੈ ਨਿਊਕਲੀਅਸ ਦੇ ਵਿੱਚ ਕਰੋਮੋਸੋਮ ਹੁੰਦਾ ਹੈ ਕਰੋਮੋਸੋਮ ਹੁੰਦਾ ਹੈ ਤੇ ਕਰੋਮੋਸੋਮ ਦੇ ਵਿੱਚ ਡੀ ਐਨ ਏ ਹੁੰਦਾ ਤੇ ਡੀ ਐਨ ਏ ਦੇ ਵਿੱਚ ਕੀ ਹੁੰਦਾ ਜੀਨਸ ਹੁੰਦੇ ਹੈ ਤਾਂ ਵੇਖੋ ਬੱਚੇ ਆਪਾਂ ਗੱਲ ਕਰ ਰਹੇ ਡੀ ਐਨ ਏ ਦੀ ਡੀ ਐਨ ਏ ਦੀ ਫੁੱਲ ਫਾਰਮ ਵੀ ਆਈ ਸੀ ਨਾ ਐਗਜ਼ਾਮ ਦੇ ਵਿੱਚ ਹਾਈ ਕੋਰਟ ਦੇ ਵਿੱਚ ਤਾਂ ਕੀ ਆਈ ਸੀ ਡੀ ਆਕਸੀ ਡੀ ਆਕਸੀ ਰਾਈਬੋ ਨਿਊਕਲੀਕ ਐਸਿਡ ਨਿਊਕਲੀਕ ਐਸਿਡ ਤਾਂ ਡੀਐਨਏ ਦੀ ਫੁੱਲ ਫਾਰਮ ਹੈ ਹੁਣ ਅਸੀਂ ਗੱਲ ਕੀ ਕਰ ਰਹੇ ਹਾਂ ਡੀਐਨਏ ਫਿੰਗਰਪ੍ਰਿੰਟਿੰਗ ਦੀ ਡੀਐਨਏ ਠੀਕ ਹੈ ਫਿੰਗਰਪ੍ਰਿੰਟਿੰਗ ਦਾ ਕੀ ਕਹਾਣੀ ਇੱਥੇ ਕੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਣਾ ਜੋ ਡੀਐਨਏ ਹੈ ਆਪਣੇ ਫਾਦਰ ਦੇ ਨਾਲ ਮੈਚ ਹੁੰਦਾ ਕੀ ਹੁੰਦਾ ਫਾਦਰ ਦੇ ਨਾਲ ਮੈਚ ਹੁੰਦਾ ਤੇ ਇਹ ਚੀਜ਼ ਮੈਚਿੰਗ ਦਾ ਟਿਕਾ ਸਿਸਟਮ ਕਰਨ ਵਾਸਤੇ ਚੈੱਕ ਕਰਨ ਵਾਸਤੇ ਜਿਵੇਂ ਕਿ ਤੁਸੀਂ ਸੀਆਈਡੀ ਵਗੈਰਾ ਬਾਲਾ ਦੇਖਿਆ ਹੋ ਨਾ ਛੋਟੇ ਹੁੰਦੇ ਨੇ ਤਾਂ ਹਲੇ ਵੀ ਚੱਲਦਾ ਹੀ ਪਿਆ ਹੁੰਦਾ ਟੀਵੀ ਦੇ ਉੱਪਰ ਤਾਂ ਸੀਆਈਡੀ ਕਾਫੀ ਬੱਚੇ ਦੇਖਦੇ ਹੋਣੇ ਤਾਂ ਉੱਥੇ ਆਹੀ ਕੁਝ ਹੁੰਦਾ ਆਹੀ ਕਰਦੇ ਰਹਿੰਦੇ ਕੋਈ ਕੇਸ ਦੀ ਸਟੱਡੀ ਕਰਨੀ ਹੈ ਤੇ ਦਾ ਡੀਐਨਏ ਮੈਚ ਕਰਾਓ ਤਾਂ ਡੀਐਨਏ ਮੈਚ ਕਰਾਉਣ ਵਾਲੇ ਨੂੰ ਹੀ ਕੀ ਕਿਹਾ ਜਾਂਦਾ ਡੀਐਨਏ ਫਿੰਗਰਪ੍ਰਿੰਟਿੰਗ ਕੀਤੀ ਜਾਂਦੀ ਹੈ ਜਿਹਦੇ ਦੇ ਥਰੂ ਪਤਾ ਲੱਗ ਜਾਂਦਾ ਕਿ ਕੀ ਹਾਂ ਕਿ ਇਹ ਇਹਦਾ ਫਾਦਰ ਹੈ ਇਹ ਇਹਦਾ ਫਾਦਰ ਨਹੀਂ ਹੈ ਕਲੀਅਰ ਹੋ ਗਈ ਗੱਲ ਡੀਐਨਏ ਫਿੰਗਰਪ੍ਰਿੰਟਿੰਗ ਬਾਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦੁਵਿਧਾ ਸੰਕਟ ਕੁਝ ਵੀ ਹੈ ਤਾਂ ਦੱਸ ਦਿਓ ਚਲੋ ਜੀ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਤਾਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕਲਾਸ ਪਸੰਦ ਆ ਰਹੀ ਹੈ ਜਾਂ ਫਿਰ ਨਹੀਂ ਇਹਨੂੰ ਖਿੱਚ ਲਈ ਅੱਗੇ ਕਿ ਖਤਮ ਕਰ ਦਈਏ ਕਿਉਂਕਿ ਨਾਰਮਲੀ ਠੀਕ ਹੈ ਨਾਰਮਲੀ ਆਪਾਂ ਅੱਧੇ ਘੰਟੇ ਦੀ ਕਲਾਸ ਲੈਣੇ ਆ ਤਾਂ ਤੁਸੀਂ ਦੱਸੋ ਤੁਸੀਂ ਕਹੋਗੇ ਤਾਂ ਮੈਂ ਖਿੱਚ ਲੂੰਗੀ ਅਗਰ ਨਹੀਂ ਕਹੋਗੇ ਤਾਂ ਫਿਰ ਆਪਾਂ ਛੱਡ ਦਾਂਗੇ ਕੁੜੀ ਹੁੰਦੀ ਸੀ ਇੱਕ ਜਿਹੜੀ ਚੈੱਕ ਕਰਦੀ ਸੀ ਆਈਡੀ ਚ ਹਾਂ ਬਿਲਕੁਲ ਉਹਦਾ ਨਾਮ ਪਤਾ ਕੀ ਹੁੰਦਾ ਸੀ ਤਰੀਕਾ ਹੁੰਦਾ ਸੀ ਲਓ ਜੀ ਸਾਰਾ ਕੁਝ ਦੱਸਦਾ ਮੈਂ ਮੈਂ ਬਾਦੂ ਦੇਖਿਆ ਮੈਂ ਬਾਦੂ ਦੇਖਿਆ ਤੁਹਾਨੂੰ ਕੀ ਕਹਾਂ ਹੈਨਾ ਤੁਹਾਨੂੰ ਕੀ ਕਹਾਂ ਮੈਂ ਇਹਨਾਂ ਦੇਖਿਆ ਤਾਂ ਕੁਝ ਇਦਾਂ ਦੀ ਡੀਐਨਏ ਦੇ ਸਟ੍ਰੈਂਡਸ ਹੁੰਦੇ ਆ ਠੀਕ ਹੈ ਡੀਐਨਏ ਦੇ ਸਟ੍ਰੈਂਡਸ ਹੁੰਦੇ ਨੇ ਓਕੇ ਤਾਂ ਲਓ ਜੀ ਦੇਖ ਲਓ ਕੰਟੀਨਿਊ ਤਾਂ ਚਲੋ ਜੀ ਤੁਹਾਡੇ ਕਹਿਣ ਤੇ ਅੱਜ ਮੈਂ ਥੋੜੀ ਦੇਰ ਹੋਰ ਭੁੱਖੀ ਰਹਿ ਲੂੰਗੀ ਪੋਕਾ ਤਾਂ ਮੈਨੂੰ ਬਾਲੀ ਲੱਗੀ ਬਟ ਕੋਈ ਗੱਲ ਨਹੀਂ ਤੁਹਾਡੇ ਕਹਿੰਦੇ ਆਪਾਂ ਖਿੱਚ ਲਾਂਗੇ ਤੇ ਡੀ ਐਨ ਏ ਕੁਝ ਇਸ ਤਰ੍ਹਾਂ ਦੀ ਫਿਗਰ ਹੁੰਦੀ ਹੈ ਠੀਕ ਆ ਡੀ ਐਨ ਏ ਦੀ ਕੁਝ ਇਸ ਤਰ੍ਹਾਂ ਦੀ ਫਿਗਰ ਹੁੰਦੀ ਹੈ ਓਕੇ ਚਲੋ ਜੀ ਅੱਗੇ ਚੱਲਦੇ ਅੱਗੇ ਚੱਲਦੇ ਆ ਚਲੋ ਜੀ ਅੱਗੇ ਚੱਲਦੇ ਫਿਰ ਕੀ ਹੈ ਤਾਂ ਆ ਬੱਚੇ ਆਪੇ ਪੜ ਲਓ ਆ ਆਪੇ ਪੜ ਲਓ ਕਹਾਣੀ ਆ ਇਹ ਕਹਾਣੀ ਹੈ ਚਲ ਮੈਂ ਦੱਸ ਹੀ ਦਿੰਨੀ ਹਾਂ ਤੁਸੀਂ ਵੀ ਕੀ ਯਾਦ ਰੱਖੋਗੇ ਕਹਾਣੀ ਦੱਸੀ ਸੀ लो की है डायरेक्टर ऑफ सेंटर फॉर सेलुलर की है डायरेक्टर ऑफ सेंटर फॉर सेलुलर एंड मॉलिकुलर बायोलॉजी सिंस 1998 ठीक है सिंह इज बेस्ट नोन फॉर डेवलपिंग अ यूनिक वे ऑफ डीएनए फिंगरप्रिंटिंग दैट हैज बीन एक्सेप्टेड बाय इंडियन कोर्ट्स एज वैलिड इन फोरेंसिंग एविडेंस पेटर्निटी डिटर्मिनेशन एंड सीड स्टॉक वेरिफिकेशन तक कहंदे कहें अपना सिंह सिंह अपना लाल सिंह ही है ठीक है ਸਿੰਘ ਆਪਣਾ ਕਿਹੜਾ ਹੈ ਲਾਲ ਸਿੰਘ ਹੀ ਹੈ ਤਾਂ ਇਹ ਨੂੰ ਠੀਕ ਹੈ ਇਹਨੇ ਕੀ ਕੀਤਾ ਸੀ ਡੀਐਨਏ ਫਿੰਗਰਪ੍ਰਿੰਟਿੰਗ ਕੀ ਹੈ ਡੀਐਨਏ ਫਿੰਗਰਪ੍ਰਿੰਟਿੰਗ ਬਾਰੇ ਡਿਵੈਲਪਮੈਂਟ ਕੀਤੀ ਸੀ ਤਾਂ ਇਹਨੂੰ ਕਿਹਾ ਗਿਆ ਇੰਡੀਅਨ ਕੋਰਟਸ ਨੇ ਮੰਨ ਵੀ ਲਿਆ ਕਿ ਇਹਨੂੰ ਵੈਲਿਡ ਮੰਨਾਂਗੇ ਫੋਰੈਂਸਿਕ ਐਵਿਡੈਂਸ ਦੇ ਲਈ ਕਿਦੇ ਲਈ ਫੋਰੈਂਸਿਕ ਐਵਿਡੈਂਸ ਲਈ ਇਹਨੂੰ ਵੈਲਿਡ ਮੰਨਾਂਗੇ ਪੈਟਰਨਿਟੀ ਡਿਟਰਮੀਨੇਸ਼ਨ ਮਤਲਬ ਆਪਣੇ ਫਾਦਰ ਠੀਕ ਹੈ ਫਾਦਰ ਦੀ ਡਿਟਰਮੀਨੇਸ਼ਨ ਕਰਨੀ ਹੋਵੇ ਪਤਾ ਲਗਾਣਾ ਹੋਵੇ ਕਿ ਇਹਦਾ ਫਾਦਰ ਕੌਣ ਹੈ ਕਿ ਆ ਹੈ ਜਾਂ ਫਿਰ ਹੈ ਤਾਂ ਉਹਦੇ ਲਈ ਵੀ ਡੀਐਨਏ ਫਿੰਗਰਪ੍ਰਿੰਟਿੰਗ ਹੁੰਦੀ ਹੈ this technique was used during probe into rajiv gandhi murder case ਦਾ ਇਹ ਪਤਾ ਕਦੋਂ ਆਇਆ ਸੀਗਾ ਇਹ ਆਇਆ ਸੀ ਉਦੋਂ ਜਦੋਂ ਰਾਜੀਵ ਗਾਂਧੀ ਦਾ ਮਰਡਰ ਕੇਸ ਹੋਇਆ ਸੀ ਕਿ ਵੈਸੀ ਰਾਜੀਵ ਗਾਂਧੀ ਦਾ ਮਰਡਰ ਕੇਸ this new technology prompted the government to set up the central ਤੇ ਕਹਿੰਦੇ ਕਿ ਇਹ ਟੈਕਨੋਲੋਜੀਸ ਗਵਰਨਮੈਂਟ ਨੂੰ ਬਹੁਤ ਵਧੀਆ ਲੱਗੀ ਤੇ ਗਵਰਨਮੈਂਟ ਨੂੰ ਵਧੀਆ ਲੱਗੀ ਤਾਂ ਇਹਨੇ ਕੀ ਕੀਤਾ ਇਹਨੇ ਇੱਕ ਇਹਨੇ ਨਹੀਂ ਗਵਰਨਮੈਂਟ ਨੇ ਸੈਟ ਅਪ ਕਰਤਾ ਸੈਂਟਰ ਫॉर ਡੀ ਐਨ ਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੋਸਟਿਕ ਫॉर ਫਿਊਚਰ ਐਕਸਪਲੋਰੇਸ਼ਨ ਇਨ ਦਾ ਫੀਲਡ ਇਹ ਬਹੁਤ ਇੰਪੋਰਟੈਂਟ ਲਾਈਨ ਦੱਸਦੀ ਮੈਂ ਕਿ ਗਵਰਨਮੈਂਟ ਨੇ ਰਾਜੀਵ ਗਾਂਧੀ ਕੇਸ ਤੋਂ ਬਾਅਦ ਕੀ ਬਣਾ ਦਿੱਤਾ ਗਿਆ ਸੈਂਟਰ ਫॉर ਡੀ ਐਨ ਏ ਫਿੰਗਰਪ੍ਰਿੰਟਿੰਗ

ਫਿਚਰ ਨਹੀਂ ਬੱਚੇ ਫਰਦਰ ਹੀ ਬੋਲਿਆ ਗਲਤੀ ਨਾਲ ਬੋਲਿਆ ਗਿਆ ਹੋਣਾ ਚਲੋ ਜੀ ਤਾਂ ਦੇਖੋ ਅਗਲਾ ਕੁਚਨ ਕੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਆ ਫੀਚਰ ਆਫ ਆਰਗਨਿਜ਼ਮ ਇਨ ਦਾ ਕਲਾਸ ਮੈਮੇਲੀਆ ਤਾਂ ਮੈਮੇਲੀਆ ਦਾ ਇੰਨਾ ਚੋ ਕਿਹੜਾ ਫੀਚਰ ਨਹੀਂ ਹੈ ਜਲਦੀ ਜਲਦੀ ਦੱਸੋ ਤੇ ਬੱਚੇ ਹਲੇ ਤੱਕ ਵੀ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਇਹਨਾਂ ਸਭ ਤੋਂ ਪਹਿਲਾਂ ਕੰਮ ਤੁਹਾਡਾ ਕੀ ਹੈ ਫਰਜ਼ ਕੀ ਬੰਦਾ ਵੀਡੀਓ ਨੂੰ ਪਹਿਲਾਂ ਪੂਰਾ ਪੂਰੇ ਜਿਨੇ ਵੀ ਜਰੇ ਦੇਖ ਰਹੇ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ क्योंकि हाले क्वेश्चन पे अपने नहीं दो तीन दो पे बस हो गए बस अपनी कहानी चलो दसो आंसर ये क्यों खुश मैं तो समझ नहीं आती ये क्वेश्चन मेरे तेन तो सीआईडी जरूर याद आ जाएगी है ना कुछ याद आवे ना आवे ਤਾਂ ਅਨਸਰ ਆຊ ਰੋਗੇ ਬੀ 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 ਟੇਡੀ ਤੇ ਜਿਹੜੇ ਅਨਸਰ ਬੀ ਕਰੀ ਜਾਂਦੇ ਆ ਨਾ ਮੈਨੂੰ ਇਨਾ ਗੁੱਸਾ ਆ ਰਿਹਾ ਨਾ ਕੋਈ ਮੇਰੇ ਸਾਹਮਣੇ ਖੜਾ ਹੁੰਦੇ ਨਾ ਮੈਂ ਖੜਾ ਕਰ ਦੇਣਾ ਸੀ ਤੁਹਾਨੂੰ ਆਪਣੇ ਇੱਕ ਠੀਕ ਹੈ ਕਲਾਸ ਦੇ ਵਿੱਚ ਕਈ ਕੁਐਸਚਨਸ ਦਾ ਜਦੋਂ ਅਨਸਰ ਡਿਫਰੈਂਟ ਜਾਂਦਾ ਨਾ ਮੈਨੂੰ ਬਹੁਤ ਗੁੱਸਾ ਆਉਂਦਾ ਤਾਂ ਦੇਖੋ ਚਿਟਿਨ ਇਨ ਦਾ ਸੈਲ ਮੈਂਬਰੇਨ ਤਾਂ ਬੱਚੇ ਤੁਸੀਂ ਕੀ ਕਰ ਰਹੇ ਹੋ ਇੱਥੇ ਤੁਸੀਂ ਉਹ ਡਿਗੇ ਜਿਨਨੇ ਤੁਹਾਨੂੰ ਦੱਸਿਆ ਸੀ ਕੀ ਸੈਲ ਮੈਂਬਰੇਨ ਹਿਊਮਨ ਬੀਇੰਗਸ ਦੇ ਵਿੱਚ ਨਹੀਂ ਹੁੰਦੀ ਸੌਰੀ ਸੌਰੀ ਠੀਕ ਹੈ ਸੈਲ ਆਪਣੇ ਕੋਲ ਕੀ ਹੈ ਸੈਲ ਮੈਂਬਰੇਨ ਹਿਊਮਨ ਬੀਇੰਗਸ ਦੇ ਵਿੱਚ ਨਹੀਂ ਹੁੰਦੀ ਤਾਂ ਤੁਸੀਂ ਕਿਵੇਂ ਸੈਲ ਮੈਂਬਰੇਨ ਆਲਾ ਲਾ ਰਹੇ ਹੋ ਸੈਲ ਮੈਂਬਰੇਨ ਕਿਹਦੇ ਕਿਹਦੇ ਵਿੱਚ ਹੁੰਦੀ ਹੈ ਪਲਾਂਟਸ ਦੇ ਵਿੱਚ ਫੰਗਾਈ ਦੇ ਵਿੱਚ ਤੇ ਬੈਕਟੀਰੀਆ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਹਿਊਮਨ ਬੀਇੰੰਗਸ ਵਿੱਚ ਮਤਲਬ ਮੈਮੇਲੀਆ ਦੇ ਵਿੱਚ ਸੈਲ ਮੈਂਬਰੇਨ ਹੀ ਨਹੀਂ ਹੁੰਦੀ ਤੋ ਤੁਸੀਂ ਕਹਿੰਦੇ ਚਿਟਿੰਦੀ ਬਣੀ ਹੋਈ ਹੈ ਵਾਹ ਕੀ ਬਾਤ ਹੈ ਕਮਾਲ ਕਰਤੇ ਹੋ ਆਪ ਤੋ ਤਾਂ ਦੇਖੋ ਪਲਾਂਟ ਦੇ ਵਿੱਚ ਜਿਹੜੀ ਬਣੀ ਹੁੰਦੀ ਹੈ ਉਹ ਕੀ ਦੀ ਬਣੀ ਹੁੰਦੀ ਹੈ ਸੈਲੂਲੋਸ ਦੀ ਪੰਜਾਈ ਦੇ ਵਿੱਚ ਬਣੀ ਹੁੰਦੀ ਹੈ ਚਿਟਿੰਦੀ ਬੈਕਟੀਰੀਆ ਦੇ ਵਿੱਚ ਅਮਾਈਲੇਸ ਠੀਕ ਹੈ ਅਮਾਈਲੇਸ ਨਹੀਂ ਪੈਪਟਿਡੋਗਲਾਈਕੋਨ ਦੀ ਕੀ ਦੀ ਪੈਪਟਿਡੋ ਗਲਾਈਕੋਨ ਦੀ ਗਲਾਈ ਕੌਣ ਦੀ ਬਣੀ ਹੁੰਦੀ ਹੈ ਤਾਂ ਦੱਸੋ ਗੱਲ ਸਮਝ ਆ ਗਈ ਕੰਦੇ ਮੈਂ ਆਪਸ਼ਨਸ ਪੰਜਾਬੀ 'ਚ ਰੱਖੋ ਵਾਹ ਹੁਣ ਆਪਸ਼ਨਸ ਵੀ ਪੰਜਾਬੀ 'ਚ ਰੱਖੀਏ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਆਪਸ਼ਨ ਵੀ ਦੇਖ ਲਾਂਗੇ ਤਾਂ ਚਿਟੀ ਨਿੰਦਾ ਸੈਲ ਮੈਂਬਰੇਨ ਇਹ ਨਹੀਂ ਹੁੰਦਾ ਤਾਂ ਦੇਖੋ ਮਿਲਕ ਪ੍ਰੋਡਿਊਸਿੰਗ ਮੈਮਰੀ ਗਲੈਂਡਸ ਦਾ ਜਿਹੜੇ ਵੀ ਮੈਮਲਸ ਹੁੰਦੇ ਉਹ ਮਿਲਕ ਪ੍ਰੋਡਿਊਸ ਕਰਦੇ ਨੇ ਤਾਂ ਉਹਨਾਂ ਵਿੱਚ ਮੈਮਰੀ ਗਲੈਂਡਸ ਹੁੰਦੇ ਨੇ ਉਹਨਾਂ ਦੇ ਸੈਲ ਦੇ ਵਿੱਚ ਠੀਕ ਹੈ ਜਿਹੜੇ ਉਹਨਾਂ ਕੋਲ ਜਿਹੜੇ ਹੁੰਦੇ ਹੈ ਮੈਂਬਰੇਨ ਬਾਉਂਡ ਨਿਊਕਲੀਅਸ ਹੁੰਦਾ ਹੈ ਮੈਂਬਰੇਨ ਬਾਉਂਡ ਦਾ ਮਤਲਬ ਕੀ ਨਿਊਕਲੀਅਰ ਦੇ ਉੱਪਰ ਇੱਕ ਮੈਂਬਰੇਨ ਜੀ ਦਾ ਨਾਮ ਕੀ ਹੁੰਦਾ ਨਿਊਕਲੀਅਰ ਮੈਂਬਰੇਨ ਤਾਂ ਗੱਲ ਸਿੰਪਲ ਜੀ ਸੋਬਰ ਜੀ ਗੱਲ ਹੈ

uniform circular motion which of the following quantities remain constant during the object motion kende ik object hai gol gol ik circular motion kar rha hai tainna vichon kedi cheez constant pai jayegi okay jaldi jaldi daso kedi kedi cheez constant pai jayegi ਕਾਂਸਰ ਕੀ ਕੁਸ਼ਾ ਰਿਹਾ ਹੈ ਵੈਲੋਸਿਟੀ ਸਪੀਡ ਚਲੋ ਦੱਸ ਦਿੰਦੇ ਆ ਮੈਂ ਸਪੀਡ ਰਹੇਗੀ ਸਿਫ ਕਨਸਟੈਂਟ ਹੁਣ ਦੱਸ ਦਿਆਂ ਕਹਾਣੀ ਕੀ ਆ ਹੁਣ ਕਹਾਣੀ ਦੱਸਦੇ ਕੀ ਆ ਜਦੋਂ ਵੀ ਕੋਈ ਆਬਜੈਕਟ ਕੋਈ ਆਬਜੈਕਟ ਮੈਂ ਬਹੁਤ ਹੀ ਇੰਪੋਰਟੈਂਟ ਕਨਸੈਪਟ ਦੱਸ ਰਹੀ ਐ ਇਸ ਦੇ ਨਾਲ ਨਾਲ ਮੈਂ ਨਵਾਂ ਇੱਕ ਹੋਰ ਕਨਸੈਪਟ ਜੋੜ ਰਹੀ ਐ ਜਿਨ੍ਹਾਂ ਨੂੰ ਨਹੀਂ ਪਤਾ ਧਿਆਨ ਨਾਲ ਸੁਣ ਲਓ ਕੋਈ ਆਬਜੈਕਟ ਸਰਕੂਲਰ ਮੋਸ਼ਨ ਕਰ ਰਿਹਾ ਹੈ ਐਕਚੁਅਲੀ ਉਹ ਸਰਕੂਲਰ ਮੋਸ਼ਨ ਨਹੀਂ ਕਰ ਰਿਹਾ ਹੁੰਦਾ ਕੀ ਹੁੰਦਾ ਇੱਥੇ ਸਾਫ ਜਾ ਬਣਾਉਨੇ ਆ ਪੈਨ ਵੀ ਚੇਂਜ ਕਰਦੇ ਆਪਾਂ ਪੀਲਾ ਕਰ ਦਿੰਨੇ ਆ ਲੋ ਤਾਂ ਦੇਖੋ ਆਬਜੈਕਟ ਇੱਥੇ ਉਹ ਜਾ ਰਿਹਾ ਹੁੰਦਾ ਸਿੱਧਾ ਬਟ ਸੈਂਟਰ ਦੇ ਵਿੱਚ ਕੀ ਲੱਗ ਰਹੀ ਹੁੰਦੀ ਹੈ ਸੈਂਟ੍ਰੀਪੀਟਲ ਫੋਰਸ ਜੋ ਕਿ ਇਹਨੂੰ ਖਿੱਚ ਲੈਂਦੀ ਹੈ ਤਾਂ ਉਹਨੂੰ ਇਦਾਂ ਕਰ ਦਿੰਦੀ ਹੈ ਫੇਰ ਇਹ ਜਾਣਾ ਚਾਹੁੰਦਾ ਇਸ ਡਾਇਰੈਕਸ਼ਨ 'ਚ ਸਿੱਧਾ ਜੇ ਬਟ ਫੇਸ ਸੈਂਟ੍ਰੀਪੀਟਲ ਫੋਰਸ ਹੈ ਜੋ ਇਹਨੂੰ ਅਟਰੈਕਟ ਕਰ ਲੈਂਦੀ ਇੱਥੇ ਹੋ ਜਾਂਦੀ ਹੈ ਐਵੇਂ ਜਾਣਾ ਚਾਹੁੰਦਾ ਐਵੇਂ ਹੋ ਜਾਂਦਾ ਮਤਲਬ ਡਾਇਰੈਕਸ਼ਨ ਹਰ ਪੁਆਇੰਟ ਤੇ ਚੇਂਜ ਹੋ ਰਹੀ ਹੈ अगर हर पॉइंट पे डायरेक्शन चेंज हो रही है तो वेलोसिटी विल बी डिफरेंट क्योंकि वेलोसिटी ਦੇ ਵਿੱਚ ਕੀ ਹੁੰਦਾ ਸਪੀਡ ਵਿਦ ਡਾਇਰੈਕਸ਼ਨ ਤਾਂ वेलोसिटी चेंज ਹੋ ਰਹੀ ਹੈ ਸਪੀਡ ਸਿਫ ਸੇਮ ਰਹੇਗੀ वेलोसिटी चेंज ਤੇ ਅਗਰ वेलोसिटी चेंज ਹੋ ਰਹੀ ਹੈ ਤਾਂ ਐਕਸਲਰੇਸ਼ਨ ਵੀ चेंज ਹੋ ਰਹੀ ਹੈ बिकॉज़ ਐਕਸਲਰੇਸ਼ਨ ਦਾ ਮਤਲਬ ਹੀ ਹੁੰਦਾ ਚੇਂਜ ਇਨ वेलोसिटी ਕੀ ਹੁੰਦਾ ਚੇਂਜ ਇਨ वेलोसिटी ਤਾਂ ਫੋਟੋ ਦਿਖਾ ਲੈਨੇ ਤੁਹਾਨੂੰ ਮੰਨ ਲਓ ਆ ਮੂਵਿੰਗ ਗਾਰਾ ਕੀ ਕਰ ਰਿਹਾ ਮੂਵ ਕਰ ਰਿਹਾ ਐਕਚੁਅਲੀ ਜਾਣਾ ਕਿੱਥੇ ਜਾਂਦਾ ਹੈ ਸਿੱਧਾ ਜਾਣਾ ਚਾਹੁੰਦਾ ਹੈ ਬਟ ਸੈਂਟ੍ਰੀਪੀਟਲ ਫੋਰਸ ਦੀ وجہ ਨਾਲ ਇੱਥੇ ਪਹੁੰਚ ਜਾਂਦਾ ਤੇ ਮਤਲਬ ਵੈਲੋਸਿਟੀ ਚੇਂਜ ਹੋ ਜਾਂਦੀ ਹੈ ਠੀਕ ਹੈ ਡਿਊ ਟੂ ਡਿਊ ਟੂ ਚੇਂਜ ਇਨ ਡਾਇਰੈਕਸ਼ਨ ਸਿਰਫ ਇੱਕ ਡਾਇਰੈਕਸ਼ਨ ਚੇਂਜ ਹੋਣ ਕਰਕੇ ਵੈਲੋਸਿਟੀ ਚੇਂਜ ਹੋ ਜਾਂਦੀ ਹੈ ਉਸ ਤੋਂ ਬਾਅਦ ਵੈਲੋਸਿਟੀ ਚੇਂਜ ਹੋ ਗਈ ਤਾਂ ਐਕਸਲਰੇਸ਼ਨ ਵੀ ਚੇਂਜ ਹੋ ਜਾਂਦੀ ਹੈ ਤਾਂ ਦੱਸੋ ਗੱਲ ਸਮਝ ਆਈ ਜਾਂ ਫਿਰ ਨਹੀਂ ਆਈ ਦੱਸੋ ਇੱਥੇ ਮੈਂ ਤੁਹਾਨੂੰ ਸੈਂਟ੍ਰੀਪੀਟਲ ਫੋਰਸ ਦੇ ਬਾਰੇ ਸੈਂਟ੍ਰੀਪੀਟਲ ਫੋਰਸ ਆਫ ਅਟਰੈਕਸ਼ਨ ਦੇ ਬਾਰੇ ਵੀ ਦੱਸਤਾ ਗੱਲ ਸਮਝ ਆਈ ਜਾਂ ਫਿਰ ਨਹੀਂ ਆਈ ਇੱਕ ਟ੍ਰਿਪਲ ਬੱਚੇ ਸਾਰੇ ਵਾਸਤੇ ਪੀ ਟ੍ਰਿਪਲ ਐਸ ਵੀ ਕਲਰਕ ਐਕਸਰਸਾਈਜ਼ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਕਰ ਲਓ ਠੀਕ ਹੈ ਹਰ ਇੱਕ ਵਾਸਤੇ ਹਰ ਇੱਕ ਵਾਸਤੇ ਤਾਂ ਗੱਲ ਸਮਝ ਆ ਗਈ ਆਪਣੀ ਕੀ ਨਹੀਂ ਆਈ ਤਾਂ ਚਲੋ ਜੀ ਅੱਗੇ ਚੱਲਦੇ ਆ ਅੱਗੇ ਤਾਂ ਆਪਣੇ ਕੋਲ ਕੀ ਆ ਗਿਆ ਹੋਮਵਰਕ ਕੁਸ਼ਨ ਕੀ ਆ ਗਿਆ ਹੋਮਵਰਕ ਕੁਸ਼ਨ ਜੀ ਦਾ ਤੁਸੀਂ ਲੈਣਾ ਹੈ ਸਕਰੀਨ ਸ਼ਾਟ ਤੇ ਆਨਸਰ ਕਿੱਥੇ ਦੇਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਕਿੱਥੇ ਦੇਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਕਲੀਅਰ ਹੈ ਗੱਲ ਹਾਂ ਜੀ ਬਿਲਕੁਲ ਸਪੀਡ ਕਨਸਟੈਂਟ ਹੈ ਬੱਚੇ ਸਾਇੰਸ ਸਬ ਦੇ ਵਿੱਚ ਆਉਂਦੀ ਹੈ ਸਾਇੰਸ ਐਂਡ ਟੈਕਨੋਲੋਜੀ ਅੱਧੀ ਕਲਾਸ ਆਪਣੀ ਸਾਇੰਸ ਐਂਡ ਟੈਕਨੋਲੋਜੀ ਦੀ ਹੁੰਦੀ ਹੈ ਅੱਧੀ ਆਪਾਂ ਇਹਦੇ ਵਿੱਚ ਆਪਾਂ ਸਾਇੰਸ ਪਾ ਦਿੰਨੇ ਆ ਮੈਂ ਸੋਚਿਆ ਦੋਵੇਂ ਦੋਵੇਂ ਕਰਾ ਦਾਂ ਬਿਕੋਜ਼ ਇੱਕ ਸਾਇੰਸ ਐਂਡ ਟੈਕਨੋਲੋਜੀ ਕਰਕੇ ਕਿਤੇ ਤੁਸੀਂ ਬੋਰ ਨਾ ਹੋ ਜਾਓ ਤੇ ਅਗਰ ਤੁਹਾਨੂੰ ਬੱਚੇ ਮੈਨੂੰ ਪਤਾ ਤੁਹਾਨੂੰ ਆਨਸਰ ਪਤਾ ਕਮੈਂਟ ਸੈਕਸ਼ਨ 'ਚ ਦੇਓ ਪਰ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਮੈਨੂੰ ਜ਼ਰੂਰ ਕਰਨਾ ਹੈ ਕਿ ਤੁਹਾਨੂੰ ਕਲਾਸ ਕਿੱਦਾਂ ਲੱਗੀ ਤੇ ਕੀ ਤੁਸੀਂ ਇਹ ਕਲਾਸ ਡੇਲੀ ਚਾਹੁੰਦੇ ਹੋ ਅਗਰ ਡੇਲੀ ਚਾਹੁੰਦੇ ਹੋ ਤਾਂ 1 ਵਜੇ ਜੁੜ ਜਿਆ ਕਰੋ ਟਾਈਮ ਨਾਲ ਪਹਿਲਾਂ ਹੀ ਲਾਈਕ ਸ਼ੇਅਰ ਕਰਕੇ ਰੱਖ ਦਿਆ ਕਰੋ ਪਹਿਲਾਂ ਹੀ ਲਾਈਕ ਸ਼ੇਅਰ ਕਰਕੇ ਰੱਖ ਦਿਆ ਕਰੋ ਮੈਨੂੰ ਪਤਾ ਹੈ ਬੱਚੇ ਆਨਸਰ ਕੀ ਹੈ ਤੁਸੀਂ ਇੱਥੇ ਮੈਨੂੰ ਪਤਾ ਬੁੜਕਾ ਦੋਗੇ ਇਸ ਕਰਕੇ ਜਾ ਟਾਈਮ ਤੱਕ ਹੋਮਵਰਕ ਦਿਖਾਉਣੀ ਚਾਹੀਦਾ ਹੈ ਹੈਨਾ ਠੀਕ ਹੈ ਤਾਂ ਦੱਸੋ ਹੁਣ ਤੁਹਾਨੂੰ ਕਿਸੇ ਨੂੰ ਕੋਈ ਦੁੱਖ ਤਕਲੀਫ ਦਿੱਕਤ ਪਰੇਸ਼ਾਨੀ ਠੀਕ ਹੈ ਕੋਈ ਗिला शिकਵਾ ਹੈਗਾ ਤਾਂ ਦੱਸ ਦੋ ਨਹੀਂ ਤਾਂ ਫਿਰ ਆਪਾਂ ਕਲਾਸ ਨੂੰ ਕਰੀਏ ਖਤਮ ਤਾਂ ਕਲਾਸ ਨੂੰ ਕਰੀਏ ਖਤਮ ਤਾਂ ਦੱਸੋ ठीक है क्लास नु करिए आपा खत्म संदाई क्लास तो देखो बच्चे अपने कोल और की है अपने कोल देखो पी ट्रिपल एसबी दे तो चलो जी हुन ਦੱਸਦੇ ਆ ਤੁਹਾਨੂੰ ਕਿ ਕਿਹੜੇ ਕਿਹੜੇ ਬੈਚਸ ਨਿਊ ਲਾਂਚ ਹੋਣ ਜਾ ਰਹੇ ਹੈ ਆਪਣੇ ਪੰਜਾਬ ਵੱਡਾ ਵੱਲੋਂ ਤਾਂ ਦੇਖੋ ਆਪਣੇ ਕੋਲ ਕੀ ਅੱਛਾ ਦੇਖੋ ਇੱਕ ਗੱਲ ਹੋਰ ਅਸੀਂ ਪੰਜਾਬ ईटीटी ਲਈ ਵੀ ਤਿਆਰੀ ਕਰਵਾਉਣਾ ਸ਼ੁਰੂ ਕਰਤਾ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ईटीटी ਸ਼ੁਰੂ ਕਰਾਂਗੇ ਤਾਂ ਬਿਲਕੁਲ ਪੰਜਾਬੀ ਚ ਕਰਾਓ ਮੈਂ ਕੋਈ ਫਾਰਸੀ ਚ ਬੋਲੀ ਆਂਦੀ ਸੀ ਮੈਂ ਤੇ ਇਵਨ ਕੁਐਸਚਨ ਪੰਜਾਬੀ ਚ ਵੀ ਲਿਖਨੇ ਸ਼ੁਰੂ ਕਰਤੇ ਹੋਰ ਕੀ ਚਾਹੀਦਾ ਤੁਹਾਨੂੰ ਕੋਈ ਨਾਨ ਦੱਸੋ ਪੰਜਾਬੀ ਚ ਪੰਜਾਬੀ ਚੱਲ ਰਹੀ ਸੀ ਕੋਈ ਹੋਰ ਚਾਈਨੀਜ਼ ਨਹੀਂ ਚੱਲ ਰਹੀ ਸੀ TTT ਦਾ ਵੀ ਬੈਚ ਸ਼ੁਰੂ ਕਰਤਾ ਤੁਸੀਂ ਇਹਦੇ ਵਿੱਚ ਵੀ ਐਨਰੋਲਮੈਂਟ ਲੈ ਸਕਦੇ ਹੋ ਵੀਡੀਓ ਗ੍ਰਾਮ ਸੇਵਕ ਐਕਸਾਈਜ਼ ਇੰਸਪੈਕਟਰ ਕੱਲ ਪੀ ਟ੍ਰਿਪਲ ਐਸਬੀ ਕਲਰਕ ਦਾ ਕੱਲ ਤੋਂ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਜਿਨ੍ਹਾਂ ਨੇ ਹਲੇ ਤੱਕ ਐਨਰੋਲਮੈਂਟ ਨਹੀਂ ਲਈ ਤੀ ਤੁਸੀਂ ਲੈ ਸਕਦੇ ਹੋ ਕੀ ਕਰਨਾ ਹੈ Y564 ਕੂਪਨ ਕੋਡ ਅਪਲਾਈ ਕਰਨਾ ਹੈ ਕੀ ਕਰਨਾ ਹੈ Y564 ਕੂਪਨ ਕੋਡ ਅਪਲਾਈਡ ਕਰਨ ਅਪਲਾਈ ਕਰਨਾ ਹੈ ਤੁਹਾਨੂੰ ਮਿਲ ਜਾਏਗਾ ਡਿਸਕਾਊਂਟ ਠੀਕ ਹੈ ਤੇ ਤੁਹਾਨੂੰ ਮਿਲ ਜਾਏਗਾ ਡਿਸਕਾਊਂਟ ਗੱਲ ਸਮਝ ਆਈ ਜਾਂ ਫਿਰ ਨਹੀਂ ਠੀਕ ਹੈ ਆਪਣੇ ਕੋਲ ਇੱਕ ਤਾਂ ਹੋ ਗਿਆ ਉਸ ਤੋਂ ਬਾਅਦ ਆਪਣੇ ਕੋਲ ਹੋਰ ਕਿਹੜੇ ਬੈਚ झाले ਫਿਲਹਾਲ ਤਾਂ ਹੀ ਕੱਲ ਤੋਂ ਸ਼ੁਰੂ ਹੋਣ ਵਾਲੇ ਹੈ ਠੀਕ ਹੈ ਤੇ ਜਿਨ੍ਹਾਂ ਨੇ ਠੀਕ ਹੈ ਜੋ ਬੈਚ ਨਹੀਂ ਲੈ ਸਕਦੇ ਉਹਨਾਂ ਵਾਸਤੇ ਟੈਸਟ ਸੀਰੀਜ਼ ਹੈ ਟੈਸਟ ਸੀਰੀਜ਼ ਵਿੱਚ ਵੀ ਆਪਾਂ ਕੁਝ ਨਹੀਂ ਕਰਨਾ Y564 ਕੋਡ ਅਪਲਾਈ ਕਰਨਾ ਹੈ ਠੀਕ ਹੈ Y564 ਕੋਡ ਅਪਲਾਈਡ ਕਰਨਾ ਹੈ ਤੇ ਪਿੱਛੇ S ਲਾ ਦੇਣਾ ਤੁਹਾਨੂੰ ਮਿਲ ਜਾਏਗਾ ਡਿਸਕਾਊਂਟ ਸਿਰਫ 311 ਦੇ ਵਿੱਚ ਪੰਜਾਬ ਦੀ ਪ੍ਰਾਈਮ ਟੈਸਟ ਬੈਕ ਮਿਲ ਜਾਂਦਾ ਹੈ ਠੀਕਾ ਪ੍ਰਾਈਮ ਟੈਸਟ ਪੈਕ ਮਿਲ ਜਾਂਦਾ ਜਿਹਦੇ ਵਿੱਚ ਹਰ ਐਗਜ਼ਾਮ ਦੀ ਟੈਸਟ ਸੀਰੀਜ਼ ਮਿਲ ਜਾਂਦੀ ਹੈ ਤੇ ਜੋ ਰਹੀ ਆਪਣੀ ਬੈਚਸ ਦੀ ਖਾਸੀਅਤ ਤਾਂ ਇਸ ਵਾਰ ਦੀ ਬੈਚਸ ਦੀ ਖਾਸੀਅਤ ਇਹ ਹੈ ਕਿ ਸਾਰੀ ਕਲਾਸਿਸ ਥਰੂ ਜਿੱਦਾਂ YouTube ਦੇ ਉੱਪਰ ਲੱਗਦੀ ਉਦਾਂ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਪੇਡ ਕਲਾਸਿਸ ਵੀ ਬੋਰਡ ਦੇ ਥਰੂ ਹੀ ਲੱਗਣਗੀਆਂ ਇਸ ਵਾਰ ਤਾਂ ਜਿਨ੍ਹਾਂ ਨੇ ਐਨਰੋਲਮੈਂਟ ਨਹੀਂ ਲਈ ਦਿੱ ਅੱਜ ਅੱਜ ਲੈ ਸਕਦੇ ਹੋ Y564 ਕੋਡ ਅਪਲਾਈ ਕਰਕੇ ਠੀਕ ਹੈ ਫਿਰ ਚਲੋ ਜੀ ਫੇਰ ਮਿਲਦੇ ਆਪਾਂ ਅੱਜ 8 ਵਜੇ ਰਾਤ ਨੂੰ 8 ਵਜੇ ਰਾਤ ਨੂੰ ਮਿਲਦੇ ਆਂ ਠੀਕ ਹੈ ਫਿਰਾਜ਼ ਦੇ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਤੇ ਸਸ਼ੇ ਅਕਾਲ